ਹੈਲੋ ਫਰੈਂਡਸ ਗਿਲਜ਼ਮੈਂਟ ઓਰ ਈ-ਲਰਨਿੰਗ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ 7 ਜਨਵਰੀ ਹੈ ਆਪਾਂ ਰੈਡੀ ਹਾਂ ਆਪਣੇ ਕੰਟਰਫਰ ਸੈਸ਼ਨ ਦੇ ਨਾਲ ਕੰਟਰਫਰ ਸੈਸ਼ਨ ਜੋ ਕਿ ਇੰਪੋਰਟੈਂਟ ਰਹੇਗਾ डिफरेंट डिफरेंट ਐਗਜ਼ਾਮਸ ਪੰਜਾਬ ਪਟਵਾਰੀ ਪੀਪੀਐਸਸੀ ਪੀਸੀਐਸ ਐਸਐਸਸੀ ਸੀਜੀਐਲ ਸੀਐਚਐਸਐਲ ਔਰ ਬੈਂਕਿੰਗ ਐਗਜ਼ਾਮਸ ਲਈ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ WhatsApp Telegram Facebook ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਈਓ ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ IBPS RRB JE ਪੰਜਾਬ ਪੰਜਾਬ ਪੁਲਿਸ SI ਔਰ ਪਟਵਾਰੀ ਦੇ ਲਈ ਬੈਚਸ ਲਾਂਚ ਕੀਤੇ ਜਾ ਚੁੱਕੇ ਨੇ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਕਿਸੇ ਵੀ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਐਮਸੀਕਿਊ ਫਾਰਮ ਦੇ ਵਿੱਚ ਕੱਲ ਡਿਸਕਸ ਕੀਤਾ ਸੀ ਉਹਨਾਂ ਦੀ ਰਿਵੀਜ਼ਨ ਕਰਾਂਗੇ ਫਿਰ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕਰਾਂਗੇ ਸਟਾਰਟ ਕਰਦੇ ਹਾਂ ਜੈਫ ਬੈਜ਼ੋਸ ਦੇ ਨਾਲ ਜੈਫ ਬੈਜ਼ੋਸ ਜੋ ਕਿ ਐਮਾਜ਼ੋਨ ਦੇ ਐਮਾਜ਼ੋਨ ਦੇ ਫਾਊਂਡਰ ਨੇ ਇਹ ਵਰਲਡ ਦੇ richest person ਬਣੇ ਨੇ ਅਕੋਰਡਿੰਗ ਟੂ ਬਲੌਮਬਰਗਸ ਬਿਲੀਨੀਅਰ ਇੰਡੈਕਸ ਰਿਪੋਰਟ 2021 ਇਸ ਰਿਪੋਰਟ ਦੇ ਵਿੱਚ ਪਹਿਲੇ ਵੀ ਫਰਸਟ ਨੰਬਰ ਤੇ ਜੈਫ ਬੈਜ਼ੋਸ ਹੀ ਨੇ ਐਮਾਜ਼ੋਨ ਦੇ ਫਾਊਂਡਰ ਸ ਇਸ ਵਾਰ ਵੀ ਫਰਸਟ ਨੰਬਰ ਤੇ ਨੇ ਸੈਕਿੰਡ ਨੰਬਰ ਤੇ ਐਲਨ ਮਸਕ ਨੇ ਟੈਸਲਾ ਟੈਸਲਾ ਦੇ ਫਾਊਂਡਰ ਔਰ 3 ਨੰਬਰ ਤੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਬਿਲ ਗੇਟਸ ਨੇ ਇਸ ਤੋਂ ਇਲਾਵਾ ਇੰਡੀਅਨ ਮੁਕੇਸ਼ ਅੰਬਾਨੀ ਅਗਰ ਇੰਡੀਅਨ ਪਰਸਨ ਦੀ ਗੱਲ ਕਰਦੇ ਹਾਂ 12th ਨੰਬਰ ਤੇ ਨੇ ਇੰਡੀਆ ਦੇ ਰਿਚੈਸਟ ਪਰਸਨ 12th ਨੰਬਰ ਤੇ ਨੇ ਇਸ ਤੋਂ ਇਲਾਵਾ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਏਸ਼ੀਆ ਦੇ ਵਿੱਚ ਉਹਨੇ ਇਹ ਦੂਸਰੇ ਨੰਬਰ ਤੇ ਆ ਗਏ ਨੇ ਜ਼ੋਂਗ ਸ਼ੈਸ਼ਮਨ ਫਰਸਟ ਨੰਬਰ ਤੇ ਆ ਗਏ ਨੇ ਚਾਈਨਾ ਦੇ ਨੈਕਸਟ ਹੈ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਜੋ ਕਿ ਮਨਸੂਖ ਲਾਲ ਮੰਡਾਵਿਆ ਲਵੇ ਮਨਸੂਖ ਲਾਲ ਮੰਡਾਵਿਆ ਰਾਜ ਸਭਾ ਐਮਪੀ ਫਰਮ ਗੁਜਰਾਤ ਇਨਾਂ ਦੌਰਾਨ ਸਾਗਰਮਾਲਾ ਸੀ ਪਲੇਨ ਸਰਵਿਸਿਜ਼ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਜਿਸ ਦੇ ਅੰਡਰ ਜਿਹੜੇ 13 ਪੋਰਟਸ ਨੇ ਇੰਡੀਆ ਦੇ ਇਹਨਾਂ ਨੂੰ ਸਾਗਰਮਾਲਾ ਦੇ ਅੰਡਰ ਕਨੈਕਟ ਕੀਤਾ ਜਾ ਰਿਹਾ ਹੈ ਇਹਨਾਂ 13 ਪੋਰਟਸ ਦੇ ਵਿੱਚ ਕੀ ਸ਼ੁਰੂ ਕੀਤੀ ਜਾ ਰਹੀ ਹੈ ਸੀ ਪਲੇਨ ਸਰਵਿਸਿਜ਼ ਉਡਾਣ ਸਕੀਮ ਦੇ ਅੰਦਰ ਉੜੇ ਦੇਸ਼ ਦਾ ਆਮ ਨਾਗਰਿਕ ਜਿਸ ਨੂੰ ਸ਼ੁਰੂ ਕੀਤਾ ਗਿਆ ਸੀ 2017 ਦੇ ਵਿੱਚ ਉਡਾਣ ਸਕੀਮ 2017 ਦੇ ਵਿੱਚ ਨੈਕਸਟ ਪੋਰਟੂਗੀਜ਼ ਫੁੱਟਬਾਲਰ ਕ੍ਰਿਸਟੀਆਨੋ ਰੋਨਲਡੋ ਨੇ ਜਿਹੜੇ ਸੈਕਿੰਡ ਹਾਈਐਸਟ ਗੋਲ ਸਕੋਰਰ ਬਣੇ ਨੇ ਫੁੱਟਬਾਲ ਦੇ ਆਫਟਰ ਜੋਸੇਫ ਬੀਕਨ ਜੋਸੇਫ ਬੀਕਨ ਫਰਸਟ ਨੰਬਰ ਤਾਂ ਨਹੀਂ ਸੈਕਿੰਡ ਨੰਬਰ ਤੇ ਇਹ ਆਗੇ ਨੇ ਔਰ ਰਿਕਾਰਡ ਤੋੜਿਆ ਪੇਲੇਦਾ ਪੇਲੇ ਦੇ 757 ਗੋਲ ਸੀਗੇ ਠੀਕ ਹੈ ਇਸ ਤੋਂ ਇਲਾਵਾ ਕ੍ਰਿਸਟੀਆਨੋ ਰੋਨਲਡੋ रिलेटेड ਅਗਰ ਆਪਾਂ ਗੱਲ ਕਰਦੇ ਆ ਤਾਂ ਇੱਕ ਇੰਪੋਰਟੈਂਟ ਨਿਊਜ਼ ਹੋਰ ਹੈ ਉਹ ਡਿਸਕਸ ਕਰ ਲਾਂਗੇ ਪੈਬਲੋ ਸੈਜ਼ਰ ਪੈਬਲੋ ਸੈਜ਼ਰ ਅਰਜੈਂਟੀਨਾ ਦੇ ਪੈਬਲੋ ਸੈਜ਼ਰ ਅਰਜنٹੀਨਾ ਤੋਂ ਬਿਲੋਂਗ ਕਰਦੇ ਨੇ ਇਹ 51st ਇੰਟਰਨੈਸ਼ਨਲ ਫਿਲਮ ਫੈਸਟੀਵਲ ਅਰਜنٹੀਨਾ ਦੇ ਫਿਲਮ ਮੇਕਰ ਨੇ 51st ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋ ਰਿਹਾ ਜਿਹੜਾ ਗੋਆ ਦੇ ਵਿੱਚ ਇਸ ਦੀ ਜਿਊਰੀ ਦੇ ਹੈੱਡ ਬਣਾਏ ਗਏ ਨੇ ਜਿਊਰੀ ਦੇ ਹੈੱਡ ਬਣਾਏ ਗਏ ਨੇ ਇਸੇ ਦੇ ਨਾਲ ਪ੍ਰਸੰਨਾ ਵਿਸ਼ਵਨਾਥੇ ਸ਼੍ਰੀਲੰਕਾ ਦੇ ਅਬੂ ਬੇਕਰ ਸ਼ਾਉਕੀ ਆਸਟਰੀਆ ਦੇ ਪ੍ਰਿਆਦਰਸ਼ਨ ਇੰਡੀਆ ਦੇ ਔਰ ਰੂਬੀਤ ਹੁਸੈਨ ਬੰਗਲਾਦੇਸ਼ ਦੇ ਨੇ ਜਿਹੜੇ ਇਹਨਾਂ ਨੂੰ ਕੀ ਮੈਂਬਰਸ ਬਣਾਇਆ ਗਿਆ ਇਸ ਪੈਨਲ ਦੇ ਵਿੱਚ ਮੈਂਬਰਸ ਬਣਾਏ ਗਏ ਨੇ ਨੈਕਸਟ 4ਥ ਐਡੀਸ਼ਨ ਆਫ ਗਲੋਬਲ ਆਯੁਰਵੇਦਾ ਫੈਸਟੀਵਲ ਜਿਸ ਨੂੰ 2020 ਦੇ ਵਿੱਚ ਕੇਰਲਾ ਦੁਆਰਾ ਕੇਰਲਾ ਦੁਆਰਾ ਆਰਗੇਨਾਈਜ਼ ਕੀਤਾ ਜਾਣਾ ਸੀ ਵਰਚੁਅਲ ਮੋਡ ਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਹੋਏਗਾ 12 ਮਾਰਚ ਤੋਂ 19 ਮਾਰਚ ਤੱਕ ਅੰਡਰ ਫੈਸਟੀਵਲ ਐਂਡ ਇੰਡਸਟਰੀ ਪਾਰਟਨਰ ਐਜ਼ ਫੀਕੀ ਫੀਕੀ ਹੈ ਜਿਹੜੀ ਇਹ ਫੈਸਟੀਵਲ ਔਰ ਇੰਡਸਟਰੀ ਪਾਰਟਨਰ ਰਹੇਗੀ ਇਸ ਨੂੰ ਅਨਾਉਂਸ ਕੀਤਾ ਗਿਆ ਮਿਨਿਸਟਰ ਆਫ ਸਟੇਟ ਫਾਰ ਐਕਸਟਰਨਲ ਅਫੇਅਰਜ਼ ਵੀ ਮੁਲੀਧਰਨ ਦੁਆਰਾ ਇਹ ਜਿਹੜਾ ਇਵੈਂਟ ਹੈ ਮਿਨਿਸਟਰ ਆਫ ਐਕਸਟਰਨਲ ਅਫੇਅਰਜ਼ डीपीटी वी मुदिलीधरन दे अंडर ऑर्गेनाइज ਕੀਤਾ ਜਾਏਗਾ आईडीबीआई आईडीबीआई ਬੈਂਕ ਦਵਾਰਾ ਵੀਡੀਓ ਕੇवाईसी ਅਕਾਊਂਟ ਓਪਨਿੰਗ ਫੈਸਿਲਿਟੀ ਨੂੰ ਲਾਂਚ ਕੀਤਾ ਗਿਆ ਸਿੰਪਲੀ ਪੁੱਛਿਆ ਜਾ ਸਕਦਾ ਹੈ ਕਿ आईडीबीआई ਬੈਂਕ ਦਾ ਹੈੱਡਕੁਆਰਟਰ ਕਿੱਥੇ ਹੈ ਤਾਂ ਮੁੰਬਈ ਮਹਾਰਾਸ਼ਟਰ ਔਰ आईडीबीआई ਬੈਂਕ ਦੇ ਰੀਸੈਂਟਲੀ ਬ੍ਰੈਂਡ ਐਮਬੈਸਡਰ ਬਣਾਏ ਗਏ ਸੀ ਅਮਿਤਾਬ ਬੱਚਨ ਦੋ ਕੁਐਸਚਨ ਪੁੱਛੇ ਜਾ ਸਕਦੇ ਹਨ ਬੈਂਕ ਆਫ ਬਰੋਡਾ ਬੈਂਕ ਆਫ ਬਰੋਡਾ ਦਵਾਰਾ ਰੀਸੈਂਟਲੀ WhatsApp ਬੈਂਕਿੰਗ ਫੀਚਰ ਲਾਂਚ ਕੀਤਾ ਗਿਆ ਠੀਕ ਹੈ ਕੁਐਸਚਨ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲਾ ਬੈਂਕ ਜਿਸ ਨੇ ਵਟਸਐਪ ਬੈਂਕਿੰਗ ਫੀਚਰ ਲਾਂਚ ਕੀਤਾ ਸੀ ਤਾਂ ICICI ਬੈਂਕ ਇਸ ਤੋਂ ਇਲਾਵਾ ਬੈਂਕ ਆਫ ਬਰੋਡਾ ਦਾ ਹੈੱਡਕੁਆਰਟਰ ਕਿੱਥੇ ਆਦਾ ਬਰੋਡੜਾ ਗੁਜਰਾਤ ਦੇ ਵਿੱਚ ਬਰੋਡੜਾ ਗੁਜਰਾਤ ਦੇ ਵਿੱਚ ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਬੈਂਕ ਆਫ ਬਰੋਡਾ ਦੇ ਵਿੱਚ ਰੀਸੈਂਟਲੀ ਕਿਹੜੇ ਦੋ ਬੈਂਕਸ ਨੂੰ ਮਰਜ ਕੀਤਾ ਗਿਆ ਸੀ ਇਹ ਯਾਦ ਰੱਖਾਂਗੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਕਿਸ-ਕਿਸ ਨੂੰ ਇਹ ਚੀਜ਼ ਪਤਾ ਹੈ ਬੈਂਕ ਆਫ ਬਰੋਡਾ ਦੇ ਵਿੱਚ ਕਿਹੜੇ ਦੋ ਬੈਂਕ ਰੀਸੈਂਟਲੀ ਮਰਜ ਕੀਤੇ ਗਏ ਸੀ ਕਲਮੈਦਾ ਦੇ ਨਾ ਵਿਜੇ ਬੈਂਕ ਔਰ ਦੇਨਾ ਬੈਂਕ ਵਿਜੇ ਬੈਂਕ ਔਰ ਦੇਨਾ ਬੈਂਕ ਨੈਕਸਟ ਸੰਜੇ ਕੁਮਾਰ ਸੰਜੇ ਕੁਮਾਰ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ 올 ਇੰਡੀਆ ਚੈਸ ਫੈਡਰੇਸ਼ਨ ਦਾ ਇਸੀ ਦੇ ਨਾਲ ਭਾਰਤ ਸਿੰਘ ਚੋਹਾਨ ਨੇ ਜਿਹੜੇ ਇਹ ਸੈਕਟਰੀ ਨੇ 올 ਇੰਡੀਆ ਚੈਸ ਫੈਡਰੇਸ਼ਨ ਦੇ ਠੀਕ ਹੈ ਜੀ ਹੈਡਕੁਆਟਰ ਕਿੱਥੇ ਹੈ ਦਾ ਚੇਨਈ ਦੇ ਵਿੱਚ ਇਸ ਦਾ ਹੈਡਕੁਆਟਰ 올 인디아 제임 앤 주얼리 도메스틱 카운슬 올 인디아 제임 앤 주얼리 도메스틱 카운슬 ਹੈ ਜਿਹੜਾ ਇਸ ਦੁਆਰਾ ਆਸ਼ੀਸ਼ ਪੇਠੇ ਆਸ਼ੀਸ਼ ਪੇਠੇ ਨੂੰ ਚੇਅਰਮੈਨ ਅਪੁਆਇੰਟ ਕੀਤਾ ਗਿਆ ਇਸੇ ਦੇ ਨਾਲ ਸਯਮ ਮਹਿਰਾ ਸਯਮ ਮਹਿਰਾ ਨੇ ਜਿਹੜੇ ਵਾਈਸ ਚੇਅਰਮੈਨ ਅਪੁਆਇੰਟ ਕੀਤੇ ਗਏ ਨੇ 2 ਸਾਲਾਂ ਦੇ ਲਈ ਹੈੱਡਕੁਆਰਟਰ ਕਿੱਥੇ ਹੈ ਤਾਂ ਮੁੰਬਈ ਮਹਾਰਾਸ਼ਟਰ ਦੇ ਵਿੱਚ ਸੁਦੀਪ ਜੈਨ ਸੁਦੀਪ ਜੈਨ ਡਿਪਟੀ ਇਲੈਕਸ਼ਨ ਕਮਿਸ਼ਨਰ ਨੇ ਡਿਪਟੀ ਇਲੈਕਸ਼ਨ ਕਮਿਸ਼ਨਰ ਨੇ ਇਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੈ ਇਹਨਾਂ ਦੀ ਟਰਮ ਦੇ ਵਿੱਚ ਇਨਾਂ ਦੀ ਟਰਮ ਦੇ ਵਿੱਚ 1 ਸਾਲ ਦੀ ਐਕਸਟੈਂਸ਼ਨ ਇਹਨਾਂ ਨੂੰ ਦਿੱਤੀ ਗਈ ਹੈ। ਇਸੇ ਦੇ ਨਾਲ ਯਾਦ ਰੱਖਾਂਗੇ ਉਮੇਸ਼ ਸਿਨਹਾ, ਉਮੇਸ਼ ਸਿਨਹਾ ਨੇ ਜਿਹੜੇ ਇਹ ਰੀਸੈਂਟਲੀ ਡਿਪਟੀ ਇਲੈਕਸ਼ਨ ਕਮਿਸ਼ਨਰ ਬਣਾਏ ਗਏ ਨੇ। ਰੇਸ਼ਮਾ ਮਰੀਮ ਰੌਏ, ਰੇਸ਼ਮਾ ਮਰੀਮ ਰੌਏ ਸਿਰਫ 21 ਸਾਲ ਦੇ ਨੇ ਇਹ ਕੇਰਲਾ ਦੇ ਯੰਗੇਸਟ ਪੰਚਾਇਤ ਪ੍ਰੈਜ਼ੀਡੈਂਟ ਬਣੇ ਨੇ। ਕੇਰਲਾ ਦੇ ਯੰਗੇਸਟ ਪੰਚਾਇਤ ਪ੍ਰੈਜ਼ੀਡੈਂਟ ਕੌਣ ਬਣੇ ਨੇ? ਰੇਸ਼ਮਾ ਮਰੀਮ ਰੌਏ। ਨੈਕਸਟ ਹੈ ਚੈਟਡ ਆਈਸ ਕਲਾਸ ਵੈਸਲ ਐਮ ਐਸ ਵੈਸਲੀ ਗੋਲਵੋਲਿਨ ਐਮ ਐਸ ਵੈਸਲੀ ਗੋਲੋਵਨਿਨ ਇੱਕ ਕੀ ਇਹ ਇੱਕ ਸ਼ਿਪ ਹੈ ਜੋ ਕਿੱਥੋਂ ਚੱਲਿਆ ਗੋਆ ਤੋਂ ਚੱਲਿਆ ਗੋਆ ਤੋਂ ਤਕਰੀਬਨ ਇੰਡੀਆ ਦੇ ਜਿਹੜੇ ਸਾਇੰਟਿਸਟ ਨੇ 43 ਸਾਇੰਟਿਸਟ ਨੇ ਆਈ ਥਿੰਕ ਠੀਕ ਹੈ ਆਪਣੇ ਲਈ ਸਿੰਪਲੀ ਇੰਪੋਰਟੈਂਟ ਬਣੇਗਾ ਕਿ ਇਹ ਕੀ ਚੀਜ਼ ਹੈ ਕਿੱਥੇ ਜਾ ਰਿਹਾ ਹੈ ਤਾਂ ਐਂਟਾਰਕਟਿਕਾ ਜਾ ਰਿਹਾ ਹੈ ਐਂਟਾਰਕਟਿਕਾ ਦੇ ਵਿੱਚ ਵੀ ਕਿੱਥੇ ਜਾ ਰਿਹਾ ਹੈ ਦਕਸ਼ਿਨ ਗੰਗੋਤਰੀ ਸਟੇਸ਼ਨ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਐਂਟਾਰਕਟਿਕਾ ਕੰਟੀਨੈਂਟ ਦੇ ਵਿੱਚ ਸਟੇਸ਼ਨਸ ਬਣਾਏ ਹੋਏ ਨੇ ਰਿਸਰਚ ਦੇ ਲਈ ਇਸ ਦੇ ਵਿੱਚ ਇੰਡੀਆ ਦੇ ਤਿੰਨ ਨੇ ਤਾਂ ਇੰਡੀਆ ਦੇ ਤਿੰਨਾਂ ਦੇ ਵਿੱਚੋਂ ਕਿਹੜੇ ਚ ਜਾ ਰਹੇ ਹਨ ਤਾਂ ਦੱਖਣ ਗੰਗਾਉਤਰੀ ਸਟੇਸ਼ਨ ਦੇ ਉੱਤੇ ਇਹ ਇੰਡੀਆ ਦਾ 40th ਇੰਡੀਅਨ ਸਾਇੰਟੀਫਿਕ ਐਕਸਪੈਡੀਸ਼ਨ ਹੈ ਪਹਿਲਾ ਸ਼ੁਰੂ ਕੀਤਾ ਗਿਆ ਸੀ 1981 ਦੇ ਵਿੱਚ ਇਸੇ ਦੇ ਨਾਲ ਇੰਡੀਆ ਦੇ ਜਿਹੜੇ ਦੂਸਰੇ ਆਪਰੇਸ਼ਨਲ ਸੈਂਟਰ ਨੇ ਉਹਨਾਂ ਦਾ ਨਾਮ ਕੀ ਹੈ ਤਾਂ ਮੈਤਰੀ ਔਰ ਭਾਰਤੀ ਮੈਤਰੀ ਔਰ ਭਾਰਤੀ ਨੈਕਸਟ ਹੈ ਸੈਂਟਰਲ ਗਵਰਨਮੈਂਟ ਦੁਆਰਾ ਨੋਟੀਫਿਕੇਸ਼ਨ ਪਾਸ ਕੀਤੀ ਗਈ ਹੈ ਕਿ ਇਕੋਸੈਂਸਿਟਿਵ ਜ਼ੋਨ ਡਿਕਲੇਅਰ ਕੀਤਾ ਗਿਆ 마ਥੀਕੇਟਨ 16 ਨੈਸ਼ਨਲ ਪਾਰਕ ਕੇਰਲਾ ਦਾ ਕੁਸ਼ਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ 마ਥੀਕੇਟਨ ਨੈਸ਼ਨਲ ਪਾਰ ਇਹ 마ਥੀਕੇਟਨ 16 ਨੈਸ਼ਨਲ ਪਾਰਕ ਕਿਹੜੀ ਸਟੇਟ ਦੇ ਵਿੱਚ ਹੈ ਤਾਂ ਕੇਰਲਾ ਦੇ ਵਿੱਚ ਇਸੇ ਦੇ ਨਾਲ ਪੋਂਗ ਡੈਮ ਸੈਂਚਰੀ ਪੋਂਗ ਡੈਮ ਸੈਂਚਰੀ ਕਿੱਥੇ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਥੇ ਹੰਡਰਡਜ਼ ਆਫ ਮਾਈਗਰੇਟਰੀ ਬਰਡ ਦੀ ਡੈਥ ਹੋਈ ਹੈ ਇਸ ਕਰਕੇ ਨਿਊਜ਼ ਦੇ ਵਿੱਚ ਹੈ ਹਾਈਲਾਈਟਡ ਹੈ ਕੁਸ਼ਨ ਡਾਇਰੈਕਟ ਪੁੱਛਿਆ ਜਾ ਸਕਦਾ ਇਸ ਦੇ ਨਾਲ ਸ਼ੂਲ 파ਮੇਸ਼ਵਰ ਵਾਈਲਡਲਾਈਫ ਸੈਂਚਰੀ ਸ਼ੂਲ 파ਮੇਸ਼ਵਰ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਇਹ ਕਿੱਥੇ ਹੈ ਨਰਮਦਾ ਡਿਸਟ੍ਰਿਕਟ ਗੁਜਰਾਤ ਦੇ ਵਿੱਚ ਹੈ ਠੀਕ ਹੈ ਇੱਥੇ ਵੀ ਏਰੀਆ ਨੂੰ ਕੀ ਕੀਤਾ ਗਿਆ ਏਰੀਆ ਨੂੰ ਨੋਨ ਇਕੋਸੈਂਸਿਟਿਵ ਡਿਕਲੇਅਰ ਕੀਤਾ ਗਿਆ ਉੱਥੇ ਇਕੋਸੈਂਸਿਟਿਵ ਡਿਕਲੇਅਰ ਕੀਤਾ ਗਿਆ ਹੈ ਕੇਰਲਾ ਵਾਲੀ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਨੋਨ ਇਕੋਸੈਂਸਿਟਿਵ ਡਿਕਲੇਅਰ ਕੀਤਾ ਗਿਆ ਜਲ ਮਹਿਲ ਝਾਇਪੁਰ ਰਾਜਸਥਾਨ ਹੈ ਇੱਥੇ ਵੀ ਬਰਡ ਫਲੂ ਦੇਖਿਆ ਜਾ ਰਿਹਾ ਹੈ ਬਰਡਸ ਦੀ ਡੈਥ ਹੋ ਰਹੀ ਹੈ ਠੀਕ ਹੈ ਬੇਸਿਕਲੀ ਅਗਰ ਇੰਡੀਆ ਦੇ ਵਿੱਚ ਗੱਲ ਕਰਦੇ ਆਂ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਉੱਤੇ ਡੈਡ ਬਰਡਸ ਪਾਈ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਇੱਕ ਵਾਇਰਸ ਫੈਲ ਰਿਹਾ ਜਿਹੜਾ ਬਰਡਸ ਦੇ ਵਿੱਚ ਫੈਲ ਰਿਹਾ ਠੀਕ ਹੈ ਔਰ ਇਹ ਅਗਰ ਇਨਸਾਨ ਜਿਹੜਾ ਨਾਨ ਵੇਜ ਲੋਗ ਨੇ ਉਹਨਾਂ ਦੇ ਵਿੱਚ ਵੀ ਫੈਲ ਸਕਦਾ ਉਹਨਾਂ ਬਰਡਸ ਤੋਂ ਠੀਕ ਹੈ ਫੋਰ ਐਗਜ਼ਾਮਪਲ ਚਿਕਨ ਹੋ ਗਿਆ ਤਾਂ ਇਹਨਾਂ ਦੇ ਨਾਲ ਬਰਡਸ ਦੇ ਜਿਹੜਾ ਚਿਕਨ ਦੇ ਵਿੱਚ ਵਾਇਰਸ ਹੈ ਉਹ ਹਿਊਮਨ ਦੇ ਵਿੱਚ ਵੀ ਫੈਲ ਸਕਦਾ ਹੈ ਇਸ ਕਰਕੇ ਇਹ ਨਿਊਜ਼ ਇੰਪੋਰਟੈਂਟ ਰਹੇਗੀ ਸਿੰਪਲੀ ਪੁੱਛਿਆ ਜਾਏਗਾ ਜਲ ਮਹਿਲ ਲੇਖ ਜੈਪੁਰ ਦੇ ਵਿੱਚ ਨੈਕਸਟ ਯੂਐਸਏ ਦੁਆਰਾ ਮਲਾਲਾ ਯੂਸਫਜ਼ਾਈ ਸਕਾਲਰਸ਼ਿਪ ਐਕਟ ਪਾਸ ਕੀਤਾ ਗਿਆ ਪਾਕਿਸਤਾਨੀ ਊਮੈਨਸ ਦੇ ਲਈ ਹੋਮ ਮਿਨਿਸਟਰੀ ਅਮਿਤ ਸ਼ਾ ਇਹਨਾਂ ਦੁਆਰਾ ਨੈਸ਼ਨਲ ਪੁਲਿਸ ਕੇ 9 ਜਰਨਲ ਨੈਸ਼ਨਲ ਪੁਲਿਸ ਕੇ 9 ਜਰਨਲ ਨੂੰ ਲਾਂਚ ਕੀਤਾ ਗਿਆ ਚਾਈਨਾ ਦੇ ਚਾਈਨਾ ਦੇ ਡਰੋਨਸ ਪਾਏ ਗਏ ਨੇ ਇੰਡੀਅਨ ਓਸ਼ੀਅਨ ਦੇ ਵਿੱਚ ਅੰਡਰਵਾਟਰ ਅੰਡਰਵਾਟਰ ਡਰੋਨਸ ਨਾਮ ਪੁੱਛਿਆ ਜਾ ਸਕਦਾ ਤਾਂ ਸੀ ਵਿੰਗ ਕਿਹੜੀ ਕੰਟਰੀ ਦੇ ਨੇ ਤਾਂ ਚਾਈਨਾ ਦੇ ਨੇ ਕਿਹੜੀ ਕੰਟਰੀ ਨੂੰ ਮਿਲੇ ਨੇ ਤਾਂ ਇੰਡੋਨੇਸ਼ੀਆ ਦੇ ਫਿਸ਼ਰਮੈਨ ਨੂੰ ਮਿਲੇ ਸੀਗੇ। ਜਾਪਾਨ ਜਾਪਾਨ ਅਨਾਉਂਸਡ ਟੂ ਡਿਵੈਲਪ ਵਰਲਡ ਫਰਸਟ ਐਵਰ ਵੁੱਡਨ ਸੈਟਲਾਈਟ ਵੁੱਡਨ ਸੈਟਲਾਈਟ ਵਰਲਡ ਦੀ ਪਹਿਲੀ ਵੁੱਡਨ ਸੈਟਲਾਈਟ ਕੌਣ ਬਣਾਏਗਾ ਜਾਪਾਨ ਬਣਾਏਗਾ 2023 ਦੇ ਵਿੱਚ। ਕੋਲਕਾਤਾ ਕੋਲਕਾਤਾ ਬੇਸਡ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਇੱਕ काफ़ी इंपोर्टेंट रही है डायरक्टली पुछा जा सी आर एससी का हैडकुआटर जिस तरीके नाल अपने भारत डायनामिक्स का हैडकुआटर डिस्कस किया भारत इलैक्ट्रीकसद का हैडकुआर डिस्कस किया डी आर डी ओ हो गया इसके अलावा तो हिंदुस्तान एरोनोटिकल्स लिमिटेड हो गया एच ए एल बेल हो गया भारत हैवी इलेक्ट्रीकल्स लिमिटेड इन्ह सारे जेडकुआटर ने क्वेश्चन पुछ इंटरेस्टिंग बन के पुछे जा सकते हैं क्योंकि यह किसी ना किसी डिफेंस सैक्टर करके ਡਿਫੈਂਸ ਮਿਨਿਸਟਰੀ ਦੇ ਵਿੱਚ ਇਹ ਕੋਈ ਨਾ ਕੋਈ ਚੀਜ਼ ਬਣਾ ਰਹੇ ਨੇ ਡਿਵੈਲਪ ਕਰ ਰਹੇ ਨੇ ਔਰ ਪ੍ਰੋਵਾਈਡ ਕਰ ਰਹੇ ਨੇ ਇਸ ਚੀਜ਼ ਕਰਕੇ ਨਿਊਜ਼ ਦੇ ਵਿੱਚ ਰਹਿੰਦੇ ਨੇ ਤਾਂ G R S C ਹੈਡਕ quarters ਕੋਲਕਾਤਾ ਦੇ ਵਿੱਚ ਹੈ ਇਸ ਨੇ ਕੀ ਕੀਤਾ ਇੱਕ ਲੈਂਡਿੰਗ ਕraft ਯੂਟਿਲਿਟੀ ਸ਼ਿਪ ਪ੍ਰੋਵਾਈਡ ਕੀਤਾ ਹੈ ਇੰਡੀਅਨ ਨੇਵੀ ਨੂੰ L 58 ਇੰਡੀਅਨ ਨੇਵੀ L C U L 58 오डिशा ਦੁਬਾਰਾ 2.5 ਲੱਖ ਅਵਾਰਡ ਅਨਾਉਂਸ ਕੀਤਾ ਗਿਆ ਫੋਰ ਮੈਰੀਜ ਵਿਦ P W D ਕਿਸੇ ਵੀ ਹੈਂਡੀਕੈਪ ਪਰਸਨ ਦੇ ਨਾਲ ਮੈਰਿਜ ਕਰਨ ਦੇ ਲਈ 2.5 ਲੱਖ ਰੁਪਏ ਦਾ ਅਵਾਰਡ ਉੜੀਸਾ ਚੀਫ ਮਿਨਿਸਟਰ ਦੁਆਰਾ ਹੀ ਰਾਮਾ ਲਿੰਗੇਸ਼ਵਰਾ ਪਾਰਕ ਵੀ ਇਨੋਗਰੇਟ ਕੀਤਾ ਗਿਆ ਬਹਿਰਾਮਪੁਰ ਗੰਜਮ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਜੀ ਇੱਕ ਹੋਰ ਪਾਰਕ ਹੈ ਇਨੋਗਰੇਟ ਕੀਤਾ ਗਿਆ ਉੜੀਸਾ ਦੁਆਰਾ ਉਸ ਦੇ ਬਾਰੇ ਡਿਸਕਸ ਕਰਾਂਗੇ ਸਪੋਰਟਸ ਮਿਨਿਸਟਰ ਕਿਰਨ ਰਿਜੀਜੂ ਇਹਨਾਂ ਦੁਆਰਾ ਅਸਮ ਰਾਈਫਲਸ ਪਬਲਿਕ ਸਕੂਲ ਅਸਮ ਰਾਈਫਲਸ ਪਬਲਿਕ ਸਕੂਲ ਸ਼ਿਲੋਂਗ ਮੇਘਾਲਿਆ ਦੇ ਵਿੱਚ ਲਾਂਚ ਕੀਤਾ ਗਿਆ ਜੋ ਕਿ ਨਾਰਥ-ਈਸਟ ਦਾ ਪਹਿਲਾ ਖੇਲੋ ਇੰਡੀਆ ਸਪੋਰਟਸ ਸਕੂਲ ਹੈ ਨਾਰਥ-ਈਸਟ ਦਾ ਪਹਿਲਾ ਖੇਲੋ ਇੰਡੀਆ ਸਪੋਰਟਸ ਸਕੂਲ ਹੈ ਠੀਕ ਹੈ ਜੀ ਕੁਐਸਚਨ ਦੇ ਵਿੱਚ ਦੱਸਣਾ ਹੈ ਇੰਡੀਆ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਕਿੱਥੇ ਹੈ ਇੰਡੀਆ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਕਿੱਥੇ ਹੈ ਮੈਨੇ ਉਸ ਦਿਨ ਦੱਸੀ ਸੀ ਜਿਸ ਦਿਨ ਆਪਾਂ ਨੇ ਡਿਸਕਸ ਕੀਤਾ ਸੀ ਕਿ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਸਪੋਰਟਸ ਕੰਪਲੈਕਸ ਨੂੰ ਸਪੋਰਟਸ ਯੂਨੀਵਰਸਿਟੀ ਬਣਾਇਆ ਗਿਆ ਠੀਕ ਹੈ ਉਹ ਮਹਾਰਾਸ਼ਟਰ ਦੀ ਪਹਿਲੀ ਸੀ ਇੰਡੀਆ ਦੀ ਪਹਿਲੀ ਕਿੱਥੇ ਹੈ ਹਿੰਟ ਦੇ ਦੇਣਾ ਨਾਰਥ-ਈਸਟਰਨ ਸਟੇਟ ਦੇ ਵਿੱਚ ਹੀ ਹੈ ਕਮੈਂਟ ਬਾਕਸ ਜਿਸ ਨੇ ਵੈਟਰਨ ਕਾਂਗਰਸ ਲੀਡਰ ਐਂਡ ਮਹਾਰਾਸ਼ਟਰ ਦੇ ਮਿਨਿਸਟਰ ਵਿਲਾਸ ਪਾਟਿਲ ਉਧਾਲਕਰ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਨੈਕਸਟ ਹੈ ਸਟੈਟਿਕ ਪੋਰਸ਼ਨ ਦੇ ਵਿੱਚ ਫੋਕ ਡਾਂਸਿਸ ਡਿਸਕਸ ਕਰ ਰਹੇ ਹਾਂ ਮਨੀਪੁਰ ਕੱਲ ਦੀ ਤਰ੍ਹਾਂ ਰਿਪੀਟ ਹੋ ਗਿਆ ਮਨੀਪੁਰ ਡੋਲ ਚੌਲਮ ਥੈਂਕਟਾ ਲੋਸ਼ਾ ਨੂਪਾ ਮਨੀਪੁਰੀ ਮਿਘਾਲਿਆ ਨੋਰਕੈਂਪ ਔਰ ਲਾਹੋ ਡਾਂਸ ਫੋਰਮ ਮਿਜ਼ੋਰਮ चीरा डांस फॉर्म और बैंबू डांस चीरा काफ़ी बार पूछा गया एग्जाम के रखा नौकरम काफ़ी बार पूछा गया याद रखा नागालैंड चांगलो रंगमा और बैंबू डांस बैंबू डांस मिजोरम और नागालैंड दोनों के परफॉर्म किया जाए नैक्स्ट अजे फस्ट क्वेश्चन चलते हैं फस्ट न्यूज डिस्कस करते हैं द तो वर्ल्ड डे ऑफ वॉर ऑरफनस डे वर्ल्ड डे ऑफ वॉर ऑरफनस डे ਪਹਿਲੀ ਗੱਲ ਕਾਪੀ ਪੈਨ ਲੈ ਕੇ ਬੈਠਿਆ ਕਰੋ ਹਰ ਇੱਕ ਚੀਜ਼ ਨੋਟ ਕਰਦੇ ਰਿਹਾ ਕਰੋ ਇੰਪੋਰਟੈਂਟ ਰਹਿੰਦੀ ਹੈ ਸਭ ਤੋਂ ਪਹਿਲੇ ਵਰਲਡ ਡੇ ਆਫ ਔਰਫਨਸ ਡੇ ਇੱਕ ਕਦੋਂ ਅਬਜ਼ਰਵ ਕੀਤਾ ਜਾਂਦਾ ਹੈ ਤੇ ਇਸ ਨੂੰ ਕੱਲ ਦੇ ਦਿਨ ਅਬਜ਼ਰਵ ਕੀਤਾ ਗਿਆ ਸੀ ਯਾਨੀ ਕਿ 6 ਜਨਵਰੀ ਨੂੰ ਅਬਜ਼ਰਵ ਕੀਤਾ ਗਿਆ ਸੀ ਪਹਿਲੀ ਚੀਜ਼ ਦੂਸਰੀ ਚੀਜ਼ ਇਸ ਨੂੰ ਕਿਸ ਦੁਆਰਾ ਅਬਜ਼ਰਵ ਕੀਤਾ ਜਾਂਦਾ ਹੈ ਤੇ ਯੂਨੀਸੈਫ ਦੁਆਰਾ ਅਬਜ਼ਰਵ ਕੀਤਾ ਜਾਂਦਾ ਹੈ ਯੂਨੀਸੈਫ ਦੀ ਫੁੱਲ ਫਾਰਮ ਹਰ ਇੱਕ ਨੂੰ ਪਤਾ ਹੋਏਗੀ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ ਇਸ ਤੋਂ ਇਲਾਵਾ ਇਸਨੂੰ ਕਦੋਂ ਬਣਾਇਆ ਗਿਆ ਸੀ 1946 ਦੇ ਵਿੱਚ ਬਣਾਇਆ ਗਿਆ ਸੀ ਯੂਨੀਸੈਫ ਦੇ ਨਿਊਯਾਰਕ ਦੇ ਵਿੱਚ ਹੈੱਡ ਕੁਆਟਰ ਹੈ ਔਰ ਐਚ ਐਚ 4 ਐਚ ਐਚ 4 ਯੂਨੀਸੈਫ ਦੇ ਹੈੱਡ ਨੇ ਠੀਕ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅਗਰ ਯੂਨੀਸੈਫ ਦੀ ਹੀ ਗੱਲ ਕਰਦੇ ਆ ਤਾਂ ਇਹਨਾਂ ਦੁਆਰਾ ਜਿਹੜਾ ਇਹ ਦਿਨ ਆਬਜ਼ਰਵ ਕੀਤਾ ਜਾਂਦਾ ਕਿੰਨਾ ਲਈ ਆਬਜ਼ਰਵ ਕੀਤਾ ਜਾਂਦਾ ਔਰਫਨਸ ਦੇ ਲਈ ਕਿ ਜਿਹੜੀ ਵਾਰ ਵਗੈਰਾ ਹੁੰਦੀ ਹੈ ਅਗਰ ਕੋਈ ਵਾਰ ਹੁੰਦੀ ਹੈ ਤਾਂ ਉਸ ਦੇ ਵਿੱਚ ਜਿੰਨਾ ਲੋਕਾਂ ਦੀ ਡੈਥ ਹੁੰਦੀ ਹੈ ਸਿਰਫ ਉਹਨਾਂ ਦੀ ਜ਼ਿੰਦਗੀ ਹੀ ਨਹੀਂ ਖਤਮ ਹੁੰਦੀ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਉਹ orphans ਹੋ ਜਾਂਦੇ ਨੇ ਅਨਾਥ ਹੋ ਜਾਂਦੇ ਨੇ ਉਹਨਾਂ ਦੀ ਕਿਸ ਤਰੀਕੇ ਨਾਲ ਡਿਵੈਲਪਮੈਂਟ ਕੀਤੀ ਜਾਏਗੀ ਕਿਸ ਤਰੀਕੇ ਨਾਲ ਉਹਨਾਂ ਨੂੰ ਸੁਵਿਧਾਵਾਂ ਪ੍ਰੋਵਾਈਡ ਕੀਤੀਆਂ ਜਾਂਦੇ ਨੇ UNICEF ਦੁਆਰਾ ਇਸ ਦਿਨ ਨੂੰ ਅਬਜ਼ਰਵ ਇਸੇ ਕਰਕੇ ਕੀਤਾ ਜਾਂਦਾ ਠੀਕ ਹੈ ਜੀ ਯਾਦ ਰੱਖਾਂਗੇ ਇਸ ਤੋਂ ਇਲਾਵਾ 4 ਜਨਵਰੀ ਨੂੰ ਆਪਾਂ ਡਿਸਕਸ ਕੀਤਾ ਬਰੇਲ ਡੇ ਇੰਪੋਰਟੈਂਟ ਰਹੇਗਾ ਯਾਦ ਰੱਖਾਂਗੇ ਬਰੇਲ ਡੇ ਲੂਇਸ ਬਰੇਲ ਦੀ ਬਰਥ ਐਨੀਵਰਸਰੀ 1824 ਦੇ ਵਿੱਚ ਇਹ ਲੈਂਗੁਏਜ ਬਣਾਈ ਗਈ ਸੀ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ 3 ਜਨਵਰੀ ਨੂੰ ਆਪਣੇ ਸੁਵਿਤਰੀ ਸੁਵਿਤਰਾਬਾਈ ਫੂਲੇ ਯੂਨੀਵਰਸਿਟੀ ਦੇ ਬਾਰੇ ਡਿਸਕਸ ਕੀਤਾ ਸੁਵਿਤਰਾਬਾਈ ਫੂਲੇ ਯੂਨੀਵਰਸਿਟੀ ਪੂਨੇ ਦੇ ਵਿੱਚ ਹੈ ਔਰ ਇਹ ਕਿੰਨਾ ਦੇ ਨਾਮ ਦਿੱਤੇ ਬਣਾਈ ਗਈ ਸੀ ਉਹਨਾਂ ਦੀ ਬਰਥ ਐਨੀਵਰਸਰੀ ਹੈ ਸੁਵਿਤਰਾਬਾਈ ਫੂਲੇ ਦੀ ਬਰਥ ਐਨੀਵਰਸਰੀ ਅਬਜ਼ਰਵ ਕੀਤੀ ਗਈ 3 ਜਨਵਰੀ ਨੂੰ ਕੌਣ ਨੇ ਇਹ ਫਰਸਟ ਊਮਨ ਸਕੂਲ ਟੀਚਰ ਸੀਗੇ ਇੰਡੀਆ ਦੇ ਫਰਸਟ ਜਨਵਰੀ ਨੂੰ ਆਪਾਂ ਫੈਮਲੀ ਡੇ ਡਿਸਕਸ ਕਰ ਲਿਆ ਸੀ ਇਸ ਤੋਂ ਇਲਾਵਾ ਡੀਆਡਿਓ ਡੇ ਵੀ ਅਬਜ਼ਰਵ ਕੀਤਾ ਗਿਆ ਸੀ ਡੀਆਡਿਓ ਦੇ ਹੈਡ ਜੀ ਸतीश ਰੈਡੀ ਨੇ ਯਾਦ ਰੱਖਣਾ नेक्स्ट नेक्स्ट हु इज़ द ऑथर ऑफ द बुक माई टीयर्स विद राजीव ट्रंप एंड ट्रेजेडी, माई ईयरस विद राजीव ट्रंप एंड ट्रेजडी इस बुक के राइटर कौन ने इस बुक के राइटर ने वजाहत हाबीबुल्ला वजाहत हाबीबुल्ला द्वारा इस बुक न माई टीयर्स विद राजीव ट्रंप एंड ट्रेजडी इस तु तो इलावा चार ऑप्शन ने चारा द्वारा रिसेंटली बुक्स डिस्कस कितिया अपने अगर आपा गल करिए पिछले वीक ਦੇ ਵਿੱਚ ਹੀ ਆਪਾਂ ਡਿਸਕਸ ਕੀਤਾ ਹੋਇਆ ਤਾਂ 스투ਤੀ ਸ਼ਰਮਾ ਡਾਕਟਰ 스투ਤੀ ਸ਼ਰਮਾ 엘ਿਮੈਂਟ ਆਫ ਕੁਆਂਟੀਟੇਟਿਵ ਜੈਨੇਟਿਕਸ 엘ਿਮੈਂਟ ਆਫ ਕੁਆਂਟੀਟੇਟਿਵ ਜੈਨੇਟਿਕਸ ਇਸ ਬੁੱਕ ਨੂੰ ਲਿਖਿਆ ਗਿਆ ਡਾਕਟਰ 스투ਤੀ ਸ਼ਰਮਾ ਦੁਆਰਾ ਐਲਫਰੇਡੋ ਕੋਵਿਲ ਬੁੱਕ ਇੰਪੋਰਟੈਂਟ ਹੈ ਜੀ ਆਪਾਂ ਡਿਸਕਸ਼ਨ ਕੀਤੀ ਸੀ ਕਿ ਫੋਰਨ ਪਰਸਨ ਦਵਾਰ ਇੱਕ ਫੋਰਨ ਪਰਸਨ ਦਵਾਰ ਲਾਰ ਗਣੇਸ਼ਾ ਦੇ ਉੱਤੇ ਲਾਰ ਗਣੇਸ਼ਾ ਦੇ ਉੱਤੇ ਬੁੱਕ ਲਿਖੀ ਗਈ ਵਾਹਨ ਮਾਸਟਰ ਕਲਾਸ ਬੱਚਿਆਂ ਦੇ ਲਈ ਵਾਹਨ ਮਾਸਟਰ ਕਲਾਸ ਇਸ ਬੁੱਕ ਦੇ ਰਾਈਟਰ ਐਲਫਰੇਡੋ ਕੋਵੇਲੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿਹੜੀ ਕੰਟਰੀ ਤੋਂ ਉਹ ਬਿਲੋਂਗ ਕਰਦੇ ਨੇ ਐਲਫਰੇਡੋ ਕੋਵੇਲੀ ਡਾਕਟਰ ਰੂਪਾ ਚਾਰੀ ਡਾਕਟਰ ਰੂਪਾ ਚਾਰੀ ਦਵਾਰ ਜਿਹੜੀ ਬੁੱਕ ਲਿਖੀ ਗਈ ਸੀ ਉਸ ਬੁੱਕ ਦਾ ਨਾਮ ਸੀ ਸੂਤਰਾ ਵੇਦਨਾ ਚੀ ਸਮਥਿੰਗ ਇਸ ਤਰੀਕੇ ਦੀ ਬੁੱਕ ਸੀ ਸੂਤਰ ਸੂਤਰ ਰੱਖਾਂਗੇ ਸਿੰਪਲੀ ਸੂਤਰ ਬੁੱਕ ਡਾਕਟਰ ਰੂਪਾਚਾਰੀ ਦੁਆਰਾ ਉਸ ਨੂੰ ਰਿਲੀਜ਼ ਕੀਤਾ ਗਿਆ ਸੀ ਸ਼੍ਰੀਪਦ ਯਸੋ ਨਾਇਕ ਦੁਆਰਾ ਗੋਆ ਦੇ ਵਿੱਚ ਕਿਉਂਕਿ ਇਸ ਬੁੱਕ ਨੂੰ ਕੌਂਕਣੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ ਯਾਦ ਰੱਖਾਂਗੇ ਕੌਂਕਣੀ ਲੈਂਗੁਏਜ ਗੋਆ ਸ਼੍ਰੀਪਦ ਯਸੋ ਨਾਇਕ ਸੂਤਰ ਅਤੇ ਡਾਕਟਰ ਰੂਪਾਚਾਰੀ ਸਿੰਗਲ ਲਾਈਨ ਦੇ ਵਿੱਚ ਯਾਦ ਰੱਖਾਂਗੇ ਏਕਮ ਦਾਸ ਸਿਮILAR ਤਰੀਕੇ ਨਾਲ ਏਕਮ ਦਾਸ ਦੁਆਰਾ ਜਿਹੜੀ ਬੁੱਕ ਲਿਖੀ ਗਈ ਉਹ ਸੀ ਆਰਐਸਐਸ ਇਨ ਕੇਰਲਾ ਆਰਐਸਐਸ ਇਨ ਕੇਰਲਾ ਜਿਸ ਬੁੱਕ ਨੂੰ ਰਿਲੀਜ਼ ਕੀਤਾ ਸੀ ਆਰਐਸਐਸ ਦੇ ਚੀਫ ਮੋਹਨ ਭਗਵਤ ਦੁਆਰਾ ਇਸ ਨੂੰ ਰਿਲੀਜ਼ ਕੀਤਾ ਗਿਆ ਸੀ ਕੇਰਲਾ ਦੇ ਵਿੱਚ ਯਾਦ ਰੱਖਾਂਗੇ ਨੈਕਸਟ ਨਿਊ ਸਕੂਲ ਬੈਗ ਪਾਲਿਸੀ 2020 ਨਿਊ ਸਕੂਲ ਬੈਗ ਪਾਲਿਸੀ 2020 ਬੇਸਿਕਲੀ ਇਨ ਨਿਊਜ਼ ਡਾਇਰੈਕਟਲੀ ਇੰਪੋਰਟੈਂਟ ਰਹੀ ਰਹੇਗੀ ਸਿੰਪਲੀ ਆਪਣੇ ਤੋਂ ਇੱਕ ਪੁਆਇੰਟ ਪੁੱਛਿਆ ਜਾ ਸਕਦਾ ਹੈ ਕਿ ਇਸ ਨੂੰ ਰਿਲੀਜ਼ ਕਿਸ ਨੇ ਕੀਤਾ ਹੈ ਤਾਂ ਇਸ ਨੂੰ ਰਿਲੀਜ਼ ਕੀਤਾ ਐਨਸੀਆਰਟੀ ਨੇ ਇਸ ਬੁੱਕ ਅਗਰ ਆਪਾਂ ਡਿਟੇਲ ਡਿਸਕਸ ਕਰਦੇ ਹਾਂ ਇਸ ਪਾਲਿਸੀ ਦੇ ਵਿੱਚ ਸਿੰਪਲੀ ਕਿਹਾ ਗਿਆ ਕਿ ਜਿਹੜੇ ਟੀਚਰਜ਼ ਹੋਣਗੇ ਉਹ ਪ੍ਰੋਪਰਲੀ ਇੱਕ ਸ਼ਡਿਊਲ ਬਣਾਣਗੇ ਕਿ ਇਸ ਦਿਨ ਬੱਚੇ ਦੁਆਰਾ ਇਸੀ ਕਿਤਾਬ ਨੂੰ ਲੈ ਕੇ ਆਇਆ ਜਾਏਗਾ ਠੀਕ ਹੈ ਤਾਂ ਕਿ ਜਿਹੜਾ weight ਹੈ ਬੈਗਸ ਦਾ weight ਹੈ ਆਪਾਂ ਦੇਖਿਆ ਹੋਵੇਗਾ ਕਿ ਕੁਝ ਬੱਚਿਆਂ ਦੇ ਜਿਹੜੇ ਬੈਗਸ ਹੁੰਦੇ ਨੇ ਉਹ ਕਾਫੀ ਜ਼ਿਆਦਾ ਹੈਵੀ ਹੁੰਦੇ ਨੇ ਠੀਕ ਹੈ ਤਾਂ ਉਸ weight ਨੂੰ ਰਿਡਿਊਸ ਕਰਨ ਦੇ ਲਈ NCERT ਦੁਆਰਾ ਇਸ ਇਨੀਸ਼ੀਏਟਿਵ ਨੂੰ ਲਿਆ ਗਿਆ ਪ੍ਰੋਪਰ ਲਿਸਟ ਵੀ ਜਾਰੀ ਕੀਤੀ ਗਈ ਕਿ ਫਰਸਟ ਸੈਕਿੰਡ ਕਲਾਸ ਦੇ ਬੱਚੇ ਦੇ ਬੈਗ ਦਾ weight ਕਿੰਨਾ ਹੋਏਗਾ इसी तरीके इलेवंथ ट्वैल्थ तक तक पूरी लिस्ट जारी की गई वेट की अपने लिए यह इंपोर्टेंट नहीं बनेगा डायरक्टली सिंगल लाइन के लिए यह इंपोर्टेंट बनेगा कि नैशनल स्कूल लॉन्च की गई एनसीआर टी द्वारा ठीक है जी इसी देनसीआर टी फुलफॉर्म इंपोर्टेंट बनेगी तो नैशनल नैशनल काउंसल फॉर एजुकेशनल रिसर्च एंड ट्रेनिंग नैशनल काउंसल फॉर एजुकेशनल रिसर्च एंड ट्रेनिंग एक इंपोर्टेंट फैक्ट इतों जरूर बनेगा कि जिस तरीके ਬੈਗ ਪਾਲਿਸੀ ਹੈ ਤਾਂ ਨੈਸ਼ਨਲ এডੂਕੇਸ਼ਨ ਪਾਲਿਸੀ ਵੀ ਰੀਸੈਂਟਲੀ ਰਿਲੀਜ਼ ਕੀਤੀ ਗਈ ਸੀ ਇਥੋਂ ਕੁਐਸਚਨ ਪੁੱਛੇ ਜਾ ਸਕਦੇ ਨੇ 2020 ਦੇ ਵਿੱਚ ਰਿਲੀਜ਼ ਕੀਤੀ ਗਈ ਦੂਸਰਾ ਕੁਐਸਚਨ ਇਸ ਨੂੰ ਕਦੋਂ ਰਿਲੀਜ਼ ਕੀਤਾ ਗਿਆ ਤਾਂ ਡੇਟ ਵੀ ਐਗਜ਼ੈਕਟ ਇੰਪੋਰਟੈਂਟ ਬਣੇਗੀ 7 ਅਗਸਤ ਨੂੰ ਦੂਸਰਾ ਇਸ ਤੋਂ ਇਲਾਵਾ किड़ी कमेटी द्वारा तो कस्तूरी रंगन कमेटी कस्तूरी रंगन कमेटी का नाम ये रखा इंपोर्टेंट रहेगा कि कस्तूरी रंगन कमेटी द्वारा इसमें बनाया गया नैशनल एजुकेशन पॉलिसी टू थाउजेंड ट्वेंटी जिसके अंडर एच आर डी मिनिस्टरी का नाम भी एजुकेशन मिनिस्ट्री कर दता गया कि लवे है रमेश पोखरियाल निशांक लवे एजुकेशन मिनिस्टरी है हरिद्वार उत्तराखंड सभा एम पी नैक्सट हू इज़ अपॉइंटड एज ब्रिटिश हाई कमिश्नर टू इंडिया ब्रिटिश हाई कमिश्नर टू इंडिया ਕੋਨੇ ਪੁਆਇੰਟ ਕੀਤੇ ਗਏ ਜਿਸ ਤਰੀਕੇ ਨਾਲ ਇੰਡੀਆ ਦੇ ਡਿਫੈਂਡ ਡਿਫੈਂਡ ਕੰਟਰੀਜ਼ ਦੇ ਵਿੱਚ ਐਮਬੈਸਡਰ ਅਪੁਆਇੰਟ ਕੀਤੇ ਜਾਂਦੇ ਨੇ ਉਸੇ ਤਰੀਕੇ ਨਾਲ ਇੰਡੀਆ ਦੇ ਵਿੱਚ ਵੀ ਬਾਕੀ ਕੰਟਰੀਜ਼ ਦੀ ਐਮਬੈਸੀ ਹੈ ਠੀਕ ਹੈ ਤਾਂ ਉਹਨਾਂ ਕੰਟਰੀਜ਼ ਦੇ ਐਮਬੈਸਡਰ ਇੰਡੀਆ ਦੇ ਵਿੱਚ ਅਪੁਆਇੰਟ ਕੀਤੇ ਜਾਂਦੇ ਨੇ ਤਾਂ ਆਪਣੇ ਲਈ ਬ੍ਰਿਟਿਸ਼ ਹਾਈ ਕਮਿਸ਼ਨਰ ਟੂ ਇੰਡੀਆ ਰੀਸੈਂਟਲੀ ਅਪੁਆਇੰਟ ਕੀਤੇ ਗਏ ਨੇ ਉਹਨਾਂ ਦਾ ਕੀ ਨਾਮ ਹੈ ਅਲੈਗਜ਼ੈਂਡਰ ਐਲਿਸ ਅਲੈਗਜ਼ੈਂਡਰ ਐਲਿਸ ਨੂੰ ਬ੍ਰਿਟਿਸ਼ ਹਾਈ ਕਮਿਸ਼ਨਰ ਟੂ ਇੰਡੀਆ ਅਪੁਆਇੰਟ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ অপਸ਼ਨ ਡਿਸਕਸ ਕਰ ਲੈਣੇ ਤਾਂ ਮੋਂਡੋ ਡੁਪਲੈਂਟਿਸ অর ਯੂਲੀਮਾਰ ਰੋਜਸ ਸਿੰਗਲ ਨਿਊਜ਼ ਨਾਲ ਬਿਲੋਂਗ ਕਰਦਨੇ ਆਪਾਂ ਡਿਸਕਸ਼ਨ ਕੀਤੀ ਸੀ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ ਕਿਹੜਾ ਅਵਾਰਡ ਦਿੱਤਾ ਗਿਆ ਸੀ ਐਥਲੀਟ ਆਫ ਦਾ ਈਅਰ 2020 ਵਰਲਡ ਐਥਲੀਟ ਆਫ ਦਾ ਈਅਰ 2020 ਮੋਂਡੋ ਡੁਪਲੈਂਟਿਸ অর ਯੂਲੀਮਾਰ ਰੋਜਸ ਨੂੰ ਨਾਮਿਤ ਕੀਤਾ ਗਿਆ ਸੀ क्वेश्चन पूछा जा सकता कि मोन्डोडोपलेंटिस स्पोर्ट्स तो बिलोंग करते हैं या तो बिलोंग करते हैं तो मोन्डोडोपलेंटिस स्वीडन तो बिलोंग करते हैं और गेम की गल करते पॉल वोल्टर पॉल वोल्टर तो बिलोंग करते हैं यूलीमर रॉजस यूलीमर रॉजस किंट्री तो बिलोंग करते हैं तो वेनेजुला ये वैनिजुएला तो बिलोंग करते हैं और हाई जंपर ने हाई जंपर ने अनीका सोरेस्ट्रम अनीका सोरेस्ट्रम ने जे अपंइंट कि गए ਕਿੱਤੇ ਗਏ ਸੀ 골프 ਫੈਡਰੇਸ਼ਨ ਦੇ ਚੇਅਰਮੈਨ 골프 ਫੈਡਰੇਸ਼ਨ 골프 ਫੈਡਰੇਸ਼ਨ ਇੰਟਰਨੈਸ਼ਨਲ 골프 ਫੈਡਰੇਸ਼ਨ ਹੈ ਜਿਹੜੀ ਉਸਦੇ ਪ੍ਰੈਜ਼ੀਡੈਂਟ ਪੁਆਇੰਟ ਕੀਤੇ ਗਏ ਅਨੀਕਾ ਸੋਰੈਸਟ੍ਰਮ ਇਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ ਸਵੀਡਨ ਤੋਂ ਬਿਲੋਂਗ ਕਰਦੇ ਨੇ 골프 ਫੈਡਰੇਸ਼ਨ ਦਾ ਹੈੱਡਕੁਆਰਟਰ ਕਿੱਥੇ ਹੈ ਤਾਂ ਲੋਜ਼ੇਨ ਸਵਿਟਜ਼ਰਲੈਂਡ ਦੇ ਵਿੱਚ ਹੈ ਸਿਮਲਰ ਤਰੀਕੇ ਨਾਲ ਜ਼ੀਨਾ ਵੁਲਫਡ੍ਰਿਜ ਜ਼ੀਨਾ ਵੁਲਫਡ੍ਰਿਜ ਇਹ ਪ੍ਰੈਜ਼ੀਡੈਂਟ ਪੁਆਇੰਟ ਕੀਤੇ ਗਏ ਸੀ ਸਕੁਐਸ਼ ਫੈਡਰੇਸ਼ਨ ਦੇ ਇੰਟਰਨੈਸ਼ਨਲ ਸਕੁਐਸ਼ ਫੈਡਰੇਸ਼ਨ ਦੇ प्रेजिडेंट जीना वुल्फ ड्रिज ये कितों बिलोंग करते हैं इंग्लैंड तो बिलोंग करते हैं और स्ैश फैडरेशन का हैडक्ुआटर कितने है तो है कि यह आप डिस्कस कियाडरेशन हैडक्ुआर यूके हैसटिंग हैसटिंग यूकेशिंग सिटी है यूकेडकुआटर है स्कैश फैडरे नैक्सट हू हैज़ वॉर्न एयर थिंगज़ मास्टर टाइटल ਪਹਿਲਾਂ ਤਾਂ ਇਹ ਹੀ ਪਤਾ ਹੋਣਾ ਚਾਹੀਦਾ ਕਿ 에어 ਥਿੰਗਸ ਮਾਸਟਰ ਟਾਈਟਲ ਹੈ ਜਿਹੜਾ ਇਹ ਕਿਹੜੀ ਸਪੋਰਟਸ ਦੇ ਨਾਲ ਬਿਲੋਂਗ ਹੈ ਤਾਂ ਇਹ ਚੈਸ ਦੇ ਨਾਲ ਬਿਲੋਂਗ ਹੈ ਠੀਕ ਹੈ ਤਾਂ ਦੋ ਆਪਸ਼ਨ ਤਾਂ ਇੱਥੇ ਕਾਢੀ ਗਏ ਕ੍ਰਿਸਟੀਆਨੋ ਰੋਨਾਲਡੋ ਔਰ ਲਿਓਨਲ ਮੈਸੀ ਇਹ ਤਾਂ ਚੈਸ ਦੇ ਨਾਲ ਬਿਲੋਂਗ ਹੀ ਨਹੀਂ ਕਰਦੇ ਤਾਂ ਤਿੰਨ ਆਪਸ਼ਨਸ ਦੇ ਵਿੱਚੋਂ ਤੈਮੂਰ ਰੈਡਜਾਬੋਵ ਤੈਮੂਰ ਰੈਡਜਾਬੋਵ ਤੈਮੂਰ ਰੈਡਜਾਬੋਵ ਜੋ ਕਿ ਅਜ਼ਰਬੈਜਾਨ ਤੋਂ ਬਿਲੋਂਗ ਕਰਦੇ ਨੇ ਕਿਹੜੀ ਕੰਟਰੀ ਦਾ ਬਿਲੋਂਗ ਕਰਦੇ ਨੇ ਅਜ਼ਰਬੈਜਾਨ ਅਜ਼ਰਬੈਜਾਨ ਤੋਂ ਬਿਲੋਂਗ ਕਰਦੇ ਨੇ ਇਹ ਇਸ ਟਾਈਟਲ ਨੂੰ ਜਿੱਤੇ ਇਹਨਾਂ ਦੁਆਰਾ 에ਅਰ ਥਿੰਗਸ ਮਾਸਟਰ ਟਾਈਟਲ ਚੈਸ ਦਾ ਇੱਕ ਟੂਰਨਾਮੈਂਟ ਠੀਕ ਹੈ ਜੀ ਯਾਦ ਰੱਖਾਂਗੇ ਇਸ ਤੋਂ ਇਲਾਵਾ ਕਮੈਂਟ ਬਾਕਸ ਵਿੱਚ ਦੱਸਣਾ ਵਿਸ਼ਵਨਾਥਨ ਆਨੰਦ ਦੀ ਬੁੱਕ ਦਾ ਨਾਮ ਵਿਸ਼ਵਨਾਥਨ ਆਨੰਦ ਦੀ ਬੁੱਕ ਦਾ ਕੀ ਨਾਮ ਹੈ ਇਸ ਤੋਂ ਇਲਾਵਾ ਵਿਸ਼ਵਨਾਥਨ ਆਨੰਦ ਨੂੰ ਰੀਸੈਂਟਲੀ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਸੀ ਬ੍ਰਾਂਡ ਐਂਬੈਸਡਰ ਕਿਸ ਦਾ ਬਣਾਇਆ ਗਿਆ ਸੀ ਉਮੀਦ ਆਸ ਦਿਨਾ ਵਰਲਡ ਵਾਈਡ ਫੰਡ ਵਰਲਡ ਵਾਈਡ ਫੰਡ ਦਾ ਬ੍ਰਾਂਡ ਐਂਬੈਸਡਰ ਵਿਸ਼ਵਨਾਥਨ ਆਨੰਦ ਨੂੰ ਬਣਾਇਆ ਗਿਆ ਸੀ ਠੀਕ ਹੈ ਜੀ ਕ੍ਰਿਸਟਿਆਨੋ ਰੋनाल्डੋ ਪੋਰਟੋਗੀਜ਼ ਦੇ ਫੁੱਟਬਾਲ ਪਲੇਅਰ ਨੇ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਨੇ ਅਗਰ ਰੀਸੈਂਟ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲੇ ਇਹਨਾਂ ਨੂੰ ਗੋਲਡਨ ਫੂਟ ਅਵਾਰਡ ਦਿੱਤਾ ਗਿਆ ਇੰਪੋਰਟੈਂਟ ਰਹੇਗਾ ਪਲੇਅਰ ਆਫ ਦਾ ਸੈਂਚਰੀ ਅਵਾਰਡ ਪਲੇਅਰ ਆਫ ਦਾ ਸੈਂਚਰੀ ਯਾਦ ਰੱਖਾਂਗੇ ਇੱਥੇ ਡਿਫਰੈਂਸ ਹੈ ਪਲੇਅਰ ਆਫ ਦਾ ਈਅਰ ਅਵਾਰਡ ਉਹ ਕਿਹਨਾਂ ਨੂੰ ਦਿੱਤਾ ਗਿਆ ਰੋਬਰਟ ਲਵੈਂਡੋਸਕੀ ਨੂੰ ਜੋ ਪੋਲੈਂਡ ਤੋਂ ਬਿਲੋਂਗ ਕਰਦੇ ਨੇ ਪਰ ਕ੍ਰਿਸਟਿਆਨੋ ਰੋनाल्डੋ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਉਹ ਹੈ ਪਲੇਅਰ ਆਫ ਦਾ ਸੈਂਚਰੀ ਇਸੇ ਦੇ ਨਾਲ कल आप एक न्यूज़ इनर रिलेटेड डिस्कस की तो इलावा अलावा अजी न्यूज डिस्कस करनी है वह है कि ट्वेंटी फाइव करोड़ पच्ची करोड़ फॉलोअर्स इंस्टाग्राम के उ रख वाले पहले प्लेयर पहले परसन जिन्हें पच्ची करोड़ फॉलोअर्स ने पच्ची करोड़ फॉलोअर्स ने इंस्टाग्राम के ठीक है जी याद रखा नैक्स्ट विच ऑफ द फॉलोइंग बैंक हैज साइंड अ वन जीरो फाइव ਟੂ ਇੰਪਰੂਵ ਦਾ ਇਨਲੈਂਡ ਵਾਟਰ ਟਰਾਂਸਪੋਰਟ ਇਨਫਰਾਸਟ੍ਰਕਚਰ ਇਨ ਕੋਲਕਾਤਾ ਵੈਸਟ ਬੰਗਾਲ ਵੈਸਟ ਬੰਗਾਲ ਕੋਲਕਾਤਾ ਦੇ ਵਿੱਚ ਵਾਟਰ ਟਰਾਂਸਪੋਰਟ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਕਿੰਨੇ ਮਿਲੀਅਨ ਦਾ ਲੋਨ 105 ਮਿਲੀਅਨ ਦਾ ਲੋਨ ਕਿਹੜੇ ਬੈਂਕ ਦੁਆਰਾ ਤਾਂ ਵਰਲਡ ਬੈਂਕ ਦੁਆਰਾ ਸਿੰਪਲੀ ਇਹ ਰੱਖਾਂਗੇ ਵੈਸਟ ਬੰਗਾਲ ਔਰ ਵਰਲਡ ਬੈਂਕ ਦੋਨੋਂ ਸੇਮ ਸੇਮ ਯਾ ਰੱਖਾਂਗੇ ਵਰਲਡ ਬੈਂਕ ਡੇਵਿਡ ਮਲਪਾਸ ਇਸ ਦੇ ਹੈੱਡ ਨੇ 13ਵੇਂ ਨੰਬਰ ਦੇ ਹੈੱਡ ਨੇ ਅਮਰੀਕਾ ਤੋਂ ਬਿਲੋਂਗ ਕਰਦੇ ਨੇ वर्ल्ड बैंक देड हमेशा अमेरिका तो बिलोंग करने के रखा नैक्सट वॉशिंगटन डीसी केडकुआर वन नाइनटी मैंबर कंट्रीज़ ने वन नाइनटी मैंबर कंट्रीज एम डी वर्ल्ड बैंक के एम डी की गल करते अंशुला कांत ने अंशुला कांत वर्ल्ड बैंक के एम डी एन सीओ ने इंडियन ने या रखा इस आई एम एफ भी वन नाइनटी मैंबर कंट्र आई एम एफ देगटन डीसी केडकुआर है और आई एम एफ ਕ੍ਰਿਸਟਲੀਨਾ ਜੋਰਜੀਵਾ ਇਸ ਦੇ ਹੈਡ ਨੇ ਏਡੀਬੀ ਏਸ਼ੀਅਨ ਡਿਵੈਲਪਮੈਂਟ ਬੈਂਕ 68 ਮੈਂਬਰ ਕੰਟਰੀਜ਼ ਨਿਊ ਇਸ ਦੀ 68th ਮੈਂਬਰ ਕੰਟਰੀ ਸੀ ਅਗਰ ਆਪਾਂ ਗੱਲ ਕਰਦੇ ਆ 190th ਮੈਂਬਰ ਕੰਟਰੀ ਐਂਡੋਰਾ ਸੀ ਏਡੀਬੀ ਦੀ ਗੱਲ ਕਰਦੇ ਆ ਏਡੀਬੀ ਦਾ ਹੈੱਡਕੁਆਟਰ ਮੈਟਰੋ ਮਨੀਲਾ ਫਿਲੀਪੀਨਸ ਦੇ ਵਿੱਚ ਹੈ ਔਰ ਏਡੀਬੀ ਦਾ ਹੈੱਡ ਹੈ ਮਸਾਸੂਗੂ ਅਸਾਕਵਾ ਮਸਾਸੂਗੂ ਅਸਾਕਵਾ ਏਡੀਬੀ ਦੇ ਹੈਡ ਹੈ AIIB 103 ਮੈਂਬਰ ਕੰਟਰੀਜ਼ ਜਿਮ ਲਿਕਵਿਨ ਇਸ ਦੇ ਹੈਡ ਨੇ ਔਰ ਇਸ ਦਾ ਹੈਡਕੁਆਟਰ ਬੀਜਿੰਗ ਚਾਈਨਾ ਦੇ ਵਿੱਚ ਹੈ ਬੀਜਿੰਗ ਚਾਈਨਾ ਦੇ ਵਿੱਚ NDB BRICS ਕੰਟਰੀਜ਼ ਦਾ ਬੈਂਕ ਹੈ ਯਾਨੀ ਕਿ ਪੰਜ ਕੰਟਰੀਜ਼ ਮੈਂਬਰ ਹੋ ਗਈਆਂ ਸ਼ੇਂਘਾਈ ਚਾਈਨਾ ਦੇ ਵਿੱਚ ਹੈਡਕੁਆਟਰ ਔਰ ਮਾਰਕੋਸ ਤ੍ਰਿਓਜ਼ੋ ਮਾਰਕੋਸ ਤ੍ਰਿਓਜ਼ੋ ਨੇ ਜਿਹੜੇ ਇਹ ਹੈਡ ਨੇ NDB ਦੇ ਬ੍ਰਾਜ਼ੀਲ ਤੋਂ ਬਿਲੋਂਗ ਕਰਦੇ ਨੇ ਮਾਰਕੋਸ ਤ੍ਰਿਓਜ਼ੋ वर्ल्ड बैंक वर्ल्ड बैंक ਆਪਾਂ ਡਿਸਕਸ ਕਰ ਲਿਆ ਇਸ ਨਿਊਜ਼ ਦੇ ਰਿਲੇਟਡ ਇੱਕ ਹੋਰ वर्ल्ड बैंक ਦੁਆਰਾ ਗਲੋਬਲ ਇਕਨੋਮਿਕ ਪ੍ਰੋਸਪੈਕਟ ਰਿਪੋਰਟ ਜਾਰੀ ਕੀਤੀ ਜਾਂਦੀ ਹੈ वर्ल्ड बैंक ਦੁਆਰਾ ਗਲੋਬਲ ਇਕਨੋਮਿਕ ਪ੍ਰੋਸਪੈਕਟ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੰਡੀਆ ਦੀ ਜੀਡੀਪੀ ਐਕਸਪੈਕਟ ਕੀਤੀ ਗਈ ਹੈ ਕਿ 5.4% ਗਰੋ ਕਰੇਗੀ 5% 4% ਗਰੋ ਕਰੇਗੀ ਔਰ 5.2% ਗਰੋ ਕਰੇਗੀ 2022-23 ਦੇ ਵਿੱਚ 2021-22 ਦੇ ਵਿੱਚ 5.4% यानी इस मतलब कि इसका मतलब यह नहीं है कि पं पॉइंट चार परसेंट हो जाएगी प्लस के नहीं इसका मतलब है कि जी कॉन्ट्रैक्शन है नाइन पॉइंट सिक्स परसेंट उस तो ग्रो करेगी पं पॉइंट चार परसेंट यानी कि नैगेटिव माइनस फोर पॉइंट कुछ रह जाएगी उस तो बाद पॉजिटिव के वन पॉइंट समथिंग आएगी दो हज़ार बई तेई दे वर्ल्ड बैंक द्वारा कहा जाए नैक्स्ट विच ऑफ द फॉलोइंग बैंक हैज़ साइनड एमओ यू विद ਟਾਟਾ ਪਾਵਰ ਟਾਟਾ ਪਾਵਰ ਦੇ ਨਾਲ ਐਮਓਯੂ ਸਾਈਨ ਕੀਤਾ ਗਿਆ। ਜਾਂ ਉਲਟਾ ਕਹਾਂਗੇ ਕਿ ਟਾਟਾ ਪਾਵਰ ਦੁਆਰਾ ਕਿਸ ਬੈਂਕ ਦੇ ਨਾਲ ਐਮਓਯੂ ਸਾਈਨ ਕੀਤਾ ਗਿਆ ਸਪੋਰਟ ਪ੍ਰੋਵਾਈਡ ਕਰਵਾਉਣ ਦੇ ਲਈ। ਟਾਟਾ ਪਾਵਰ ਦੁਆਰਾ ਸਿੜਬੀ ਦੇ ਨਾਲ ਸਿੜਬੀ ਦੇ ਨਾਲ ਰੂਫਟਾਪ ਸੋਲਰ ਸੈਗਮੈਂਟ ਰੂਫਟਾਪ ਸੋਲਰ ਸੈਗਮੈਂਟ ਦੇ ਵਿੱਚ ਸਪੋਰਟ ਫਾਈਨੈਂਸ ਪ੍ਰੋਵਾਈਡ ਕਰਵਾਉਣ ਦੇ ਲਈ ਐਮਐਸਐਮਈ ਸੈਕਟਰ ਨੂੰ ਟਾਟਾ ਪਾਵਰ ਨੇ ਕਿਹਾ ਕਿ ਇਸਿੜਬੀ ਨੂੰ ਇਹ ਪੈਸਾ ਦੇਗਾ। ਇਸ ਤਰੀਕੇ ਨਾਲ ਯਾਦ ਰੱਖਾਂਗੇ ਇਜ਼ੀ ਰਹੇਗਾ ਸਿਡਬੀ স্মਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ ਸੇਬੀ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਮੁੰਬਈ ਦੇ ਵਿੱਚ ਹੈਡਕੁਆਟਰ ਹੈ ਸਿਡਬੀ ਹੈਡਕੁਆਟਰ ਲਖਨਊ ਦੇ ਵਿੱਚ ਹੈ ਯਾਦ ਰੱਖਾਂਗੇ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਔਰ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਦਾ ਹੈਡਕੁਆਟਰ ਮੁੰਬਈ ਦੇ ਵਿੱਚ ਔਰ ਪੀਐਨਬੀ ਦਾ ਹੈਡਕੁਆਟਰ ਅਗਰ ਗੱਲ ਕਰਦੇ ਆਂ ਤਾਂ ਦਿੱਲੀ ਦੇ ਵਿੱਚ ਹੈ ਲਾਲਾ ਲਾਜਪਤ ਰਾਏ ਦੁਆਰਾ ਬਣਵਾਇਆ ਗਿਆ ਸੀ ਯਾਦ ਰੱਖਾਂਗੇ ਨੈਕਸਟ Government of India has set up a high level group headed by which of the following news काफी इंपोर्टेंट रहेगी कि एक कि हाई लेवल बना ग्रुप बनाया गया साउथ एशिया एनर्जी सिक्योरिटी आर्किटेक्चर दे लिए कि किस तरीके ਨਾਲ साउथ एशिया ਦੇ ਵਿੱਚ એનર્ਜੀ ਪ੍ਰੋਵਾਈਡ ਕੀਤੀ ਜਾਏਗੀ ਇੰਡੀਆ ਦੁਆਰਾ ਠੀਕ ਹੈ ਇੰਡੀਆ ਵੇਚੇਗਾ ਕਹਾਂਗੇ ਕਿ એનર્ਜੀ ਵੇਚੇਗਾ ਪਹਿਲੇ ਡਵੈਲਪ ਕਰੇਗਾ ਤਾਂ ਇਸ ਦੇ ਲਈ ਪ੍ਰੋਪਰ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਪੂਰਾ پلان ਬਣਾਉਣ ਦੇ ਲਈ ਹਾਈ ਲੈਵਲ ਗਰੁੱਪ ਬਣਾਇਆ ਗਿਆ ਹੈੱਡ ਕੌਨ ਕਰਨਗੇ RAM VINESH SAHI RAM VINEH SAHI ਇਕਨ ਨੇ ਪਾਵਰ ਸੈਕਟਰੀ ਨੇ ਇੰਡੀਆ ਦੇ ਪਾਵਰ ਸੈਕਟਰੀ ਨੇ RAM VINESH SAHI ਡੀਟੇਲ ਡਿਸਕਸ ਕਰਦੇ ਹਲਕੀ ਜੀ ਇੰਪੋਰਟੈਂਟ ਰਹੇਗੀ ਕਿ RAM VINESH SAHI ਪਾਵਰ ਸੈਕਟਰੀ ਦੁਆਰਾ ਇਸ ਗਰੁੱਪ ਨੂੰ ਹੈੱਡ ਕੀਤਾ ਜਾਏਗਾ ਪਾਵਰ ਮਿਨਿਸਟਰੀ ਥਿਸ ਇੰਪੋਰਟੈਂਟ ਰਹੇਗੀ RK SINGLA ਵੇ ਹੈ ਪਾਵਰ ਮਿਨਿਸਟਰੀ ਨਿਊ ਐਂਡ ਰੀਨਿਊਏਬਲ ਐਨਰਜੀ ਮਿਨਿਸਟਰੀ ਵੀ RK SINGLA ਵੇ ਹੈ ਆਰਾ ਬਿਹਾਰ ਤੋਂ ਆਰਾ ਬਿਹਾਰ ਤੋਂ ਲੋਕ ਸਭਾ MP de. ਠੀਕ ਹੈ ਜੀ ਇਸ ਤੋਂ ਇਲਾਵਾ ਬਾਕੀ ਚਾਰ ਆਪਸ਼ਨਸ ਚਾਰੋਂ ਨਿਊਜ਼ ਦੇ ਵਿੱਚ ਨੇ ਇੰਪੋਰਟੈਂਟ ਰਹਿਣਗੇ ਡਿਸਕਸ਼ਨ ਕਰ ਦਿੰਨੇ ਆ ਤਾਂ ਨੈਂਸੀ ਨੈਂਸੀ ਪੈਲੋਸੀ ਨੈਂਸੀ ਪੈਲੋਸੀ ਨੇ ਜਿਹੜੇ ਨੈਂਸੀ ਪੈਲੋਸੀ ਰੀਇਲੈਕਟ ਕੀਤੇ ਗਏ ਨੇ ਸਪੀਕਰ ਆਫ ਦਾ ਯੂ ਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਯੂ ਐਸ ਦੇ ਵਿੱਚ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਲੋਕ ਸਭਾ ਔਰ ਰਾਜ ਸਭਾ ਇਹ ਦੋ ਹਾਊਸਸ ਨੇ ਅਪਰ ਹਾਊਸ ਲੋਅਰ ਹਾਊਸ ਸਿਮਿਲਰ ਤਰੀਕੇ ਨਾਲ ਯੂ ਐਸ ਏ ਦੇ ਵਿੱਚ ਵੀ ਦੋ ਹਾਊਸਸ ਨੇ ਠੀਕ ਹੈ ਜਿਸ ਦੇ ਵੀ ਜਿਹੜਾ ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਹੈ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਹੈ ਉਸਦੇ ਸਪੀਕਰ ਦੁਬਾਰਾ ਦੀ ਇਲੈਕਟ ਕੀਤੇ ਗਏ ਨੇ ਨੈਂਸੀ ਪਿਲੋਸੀ ਇੰਪੋਰਟੈਂਟ ਨਾਮ ਨਾ ਮਿਸ ਕਰਕੇ ਕਿਉਂਕਿ ਸ਼ੀ ਇਜ਼ ਦਾ ਓਨਲੀ ਊਮਨ ਸਪੀਕਰ ਇਹ ਹੁਣ ਤੱਕ ਦੇ ਓਨਲੀ ਊਮਨ ਸਪੀਕਰ ਨੇ ਯੂਐਸਏ ਦੇ ਵਿੱਚ ਨੈਕਸਟ ਹੈ ਮੁਹੰਮਦ ਥਰੀਕ ਹਾਮਿਦ ਸੁਲਤਾਨ ਮੁਹੰਮਦ ਥਰੀਕ ਹਾਮਿਦ ਸੁਲਤਾਨ ਇਹ ਕੌਣ ਨੇ ਇੱਕ ਸਾਇੰਟਿਸਟ ਨੇ ਮਲੇਸ਼ੀਆ ਦੇ ਵਿੱਚ ਮਲੇਸ਼ੀਅਨ ਸਾਇੰਟਿਸਟ ਨੇ ਜਿਨ੍ਹਾਂ ਨੇ ਕੀ ਕਰਿਆ ਇੱਕ ਨਵਾਂ ਕਹਾਂਗੇ ਕਿ ਅੱਛਾ ਇਨੀਸ਼ੀਏਟਿਵ ਇੱਕ ਈਕੋ ਫਰੈਂਡਲੀ ਡਰੋਨ ਬਣਾਇਆ ਈਕੋ ਫਰੈਂਡਲੀ ਡਰੋਨ ਬਣਾਇਆ ਹੈ ਕਿੱਥੋਂ ਪਾਈਨਐਪਲ ਲੀਵਸ ਤੋਂ ਪਾਈਨਐਪਲ ਲੀਵਸ ਦੁਆਰਾ ਪਾਈਨਐਪਲ ਲੀਵਸ ਦੀ ਮਦਦ ਦੇ ਨਾਲ ਇੱਕ ਈਕੋ ਫਰੈਂਡਲੀ ਡਰੋਨ ਕਿੰਨਾ ਨੇ ਬਣਾਇਆ ਮਲੇਸ਼ੀਆ ਦੇ ਇੱਕ ਸਾਇੰਟਿਸਟ ਦੁਆਰਾ ਬਣਾਇਆ ਗਿਆ ਕਰਨ ਬਾਜਵਾ ਕਰਨ ਬਾਜਵਾ ਅਗਰ ਕਿਸੇ ਨੂੰ ਯਾਦ ਹੋਵੇ ਆਪਾਂ ਅਗਰ ਆਪਾਂ ਗੱਲ ਕਰਦੇ ਆ ਆਈ ਥਿੰਕ ਮਾਰਚ ਜਾਂ ਅਪ੍ਰੈਲ ਦੇ ਵਿੱਚ ਮਾਰਚ ਜਾਂ ਅਪ੍ਰੈਲ 2020 ਦੇ ਵੀ ਡਿਸਕਸ਼ਨ ਕੀਤੀ ਹੋਈ ਹੈ ਕਿ ਕਰਨ ਬਾਜਵਾ ਨੂੰ Google Cloud India ਦੇ ਹੈੱਡ ਬਣਾਇਆ ਗਿਆ ਸੀ Google Cloud India ਹੈੱਡ ਬਣਾਇਆ ਗਿਆ ਸੀ ਕਰਨ ਬਾਜਵਾ ਠੀਕ ਹੈ ਇਹਨਾਂ ਨੂੰ ਹੁਣ ਪ੍ਰੋਮੋਸ਼ਨ ਦਿੱਤੀ ਗਈ ਹੈ ਇਹਨਾਂ ਨੂੰ ਕੀ ਬਣਾ ਦਿੱਤਾ ਗਿਆ Google Cloud ਦੇ Asia Pacific Division ਦਾ ਹੈੱਡ ਪਹਿਲੇ ਤੱਕ ਇਹ ਇੰਡੀਆ ਦੇ ਹੈੱਡ ਸੀ ਹੁਣ Asia Pacific Division ਦੇ Google Cloud ਦੇ ਹੈੱਡ ਕੌਣ ਬਣਾਏ ਗਏ ਨੇ ਕਰਨ ਬਾਜਵਾ ਇੰਡੀਅਨ ਪਰਸਨ ਨੇ ਇੰਪੋਰਟੈਂਟ ਰਹਿਣਗੇ ਨੈਕਸਟ ਇਸ ਤੋਂ ਇਲਾਵਾ ਅਗਰ ਗੂਗਲ ਦੇ ਸੀਈਓ ਦੀ ਗੱਲ ਕਰਦੇ ਆ ਸੁੰਦਰ ਪਿਚਈ ਇਹ ਵੀ ਇੰਡੀਅਨ ਨੇ ਧਰਮੇਂਦਰ ਪ੍ਰਧਾਨ ਧਰਮੇਂਦਰ ਪ੍ਰਧਾਨ ਕੌਣ ਨੇ ਇੰਡੀਆ ਦੇ ਪੈਟਰੋਲੀਅਮ ਔਰ ਨੈਚੁਰਲ ਗੈਸ ਮਿਨਿਸਟਰ ਨੇ ਇਹਨਾਂ ਦੁਆਰਾ ਆਪਣੇ ਤਰੀਕੇ ਦਾ ਪਹਿਲਾ ਮਾਈਗ੍ਰੈਂਟ ਵਰਕਰ ਸੈੱਲ ਮਾਈਗ੍ਰੈਂਟ ਵਰਕਰ ਸੈੱਲ ਬਣਾਇਆ ਗਿਆ ਸੂਰਤ ਗੁਜਰਾਤ ਦੇ ਵਿੱਚ ਸੂਰਤ ਗੁਜਰਾਤ ਦੇ ਵਿੱਚ ਬੇਸਿਕਲੀ ਸੂਰਤ ਇੱਕ ਐਸਾ ਇਲਾਕਾ ਹੈ ਗੁਜਰਾਤ ਦਾ ਜਿਹੜਾ ਇੰਡਸਟਰੀਜ਼ ਦੇ ਲਈ ਕਾਫੀ ਇੰਪੋਰਟੈਂਟ ਹੈ ਤਾਂ ਇੱਥੇ ਮਾਈਗ੍ਰੈਂਟ ਵਰਕਰਸ ਕਾਫੀ ਨੇ ਠੀਕ ਹੈ ਤਾਂ ਇਹਨਾਂ ਦਾ ਇੱਕ ਮਾਈਗ੍ਰੈਂਟ ਵਰਕਰ ਸੈੱਲ ਬਣਾਇਆ ਗਿਆ ਜਿੱਥੇ ਇਹਨਾਂ ਦਾ ਡਾਟਾ ਰਿਕਾਰਡ ਕੀਤਾ ਜਾਏਗਾ ਕੋਵਿਡ-19 ਦੇ ਦੌਰਾਨ ਕਿੰਨਾ ਦਾ ਕੰਮ ਖਤਮ ਹੋ ਚੁੱਕਿਆ ਹੈ ਤਾਂ ਉਹਨਾਂ ਨੂੰ ਦੁਬਾਰਾ ਰੀ ਕਹਾਂਗੇ ਕਿ ਕੰਮ ਤੇ ਦੁਬਾਰਾ ਲਗਾਇਆ ਜਾਏਗਾ ਤਾਂ ਇਸ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਇਨੀਸ਼ੀਏਟਿਵਸ ਇਸ ਸੈੱਲ ਦੇ ਦੁਆਰਾ ਲਿੱਤੇ ਜਾਣਗੇ ਆਪਣੇ ਤਰੀਕੇ ਦਾ ਪਹਿਲਾ ਮਾਈਗ੍ਰੈਂਟ ਵਰਕਰ ਸੈੱਲ ਕਿੱਥੇ ਬਣਾਇਆ ਗਿਆ ਸੂਰਤ ਗੁਜਰਾਤ ਦੇ ਵਿੱਚ ਕਿੰਨਾ ਦੁਆਰਾ ਇਨੌਗਰੇਟ ਕੀਤਾ ਗਿਆ ਤਾਂ Dharmendra Pradhan ਜੋ ਕਿ ਪੈਟਰੋਲੀਅਮ ਐਂਡ ਨੇਚਰਲ ਗੈਸ ਮਿਨਿਸਟਰ ਨੈਕਸਟ ਵਿਚ ਕੰਟਰੀ ਹੈਜ਼ ਪਰਚੇਸਡ ਰਾਈਸ ਫਰੋਮ ਇੰਡੀਆ ਫਾਰ ਦਾ ਫਰਸਟ ਟਾਈਮ ਇਨ ਡੈਕੇਡਸ ਇਹ ਤਾਂ ਕੁਸ਼ਨ ਟ੍ਰੀਕੀ ਕੁਸ਼ਨ ਹੈ ਧਿਆਨ ਰੱਖਾਂਗੇ ਆਪਾਂ ਰੀਸੈਂਟਲੀ ਡਿਸਕਸ ਕੀਤਾ ਸੀ ਬੰਗਲਾਦੇਸ਼ ਦੇ ਰਿਲੇਟਡ ਕਿ ਬੰਗਲਾਦੇਸ਼ 3 ਸਾਲਾਂ ਤੋਂ ਬਾਅਦ 3 ਸਾਲਾਂ ਤੋਂ ਬਾਅਦ ਪਹਿਲੀ ਵਾਰ ਇੰਡੀਆ ਤੋਂ ਰਾਈਸ ਲੈ ਰਿਹਾ ਸੀ ਠੀਕ ਹੈ ਤਾਂ ਡੈਕੇਡਸ ਦੀ ਗੱਲ ਆਈ ਹੈ ਯਾਨੀ ਕਿ 10 ਸਾਲਾਂ ਤੋਂ ਬਾਅਦ ਤਕਰੀਬਨ 10 ਸਾਲਾਂ ਤੋਂ ਬਾਅਦ ਇੰਡੀਆ ਤੋਂ ਰਾਈਸ ਕੌਣ ਲੈ ਰਿਹਾ ਹੈ ਤਾਂ ਵੀਅਤਨਾ ਦੋ ਅਲੱਗ-ਅਲੱਗ ਕੁਐਸਚਨ ਬਣ ਸਕਦੇ ਨੇ ਦੋਨੋਂ ਡਿਸਕਸ ਕਰ ਲੈਨੇ ਆਪਾਂ ਨੇ ਯਾਦ ਰੱਖਾਂਗੇ ਇਸ ਤੋਂ ਇਲਾਵਾ ਰਾਈਸ ਰਿਲੇਟਡ ਆਪਾਂ ਪਹਿਲੇ ਵੀ ਡਿਸਕਸ ਕੀਤਾ ਸੀ ਕਿ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਰਾਈਸ ਦੀ ਪ੍ਰੋਡਕਸ਼ਨ ਚਾਈਨਾ ਕਰਦਾ ਹੈ ਦੂਸਰੇ ਨੰਬਰ ਤੇ ਇੰਡੀਆ ਹੈ ਠੀਕ ਹੈ ਜੀ ਪਰ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਰਾਈਸ ਐਕਸਪੋਰਟ ਕਰਨ ਵਾਲੀ ਕੰਟਰੀ ਕਿਹੜੀ ਹੈ ਇੰਡੀਆ ਹੈ ਲਾਰਜੈਸਟ ਰਾਈਸ ਐਕਸਪੋਰਟਰ ਇੰਡੀਆ ਹੈ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰਾਈਸ ਕਿੱਥੇ ਉਗਾਇਆ ਜਾਂਦਾ ਹੈ ਤਾਂ ਵੈਸਟ ਬੰਗਾਲ ਦੇ ਵਿੱਚ ਉਗਾਇਆ ਜਾਂਦਾ ਹੈ ਠੀਕ ਹੈ ਪਰ ਇੱਥੇ ਵੀ ਤਾਂ ਕਹਾਂਗੇ ਕਿ ਲਿਮਿਟੇਸ਼ਨ ਹੈ ਕਿ ਰਾਈਸ ਬੋਲ ਆਫ ਇੰਡੀਆ ਰਾਈਸ ਬੋਲ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਤਾਂ ਆਂਧਰਾ ਪ੍ਰਦੇਸ਼ ਨੂੰ ਕਿਹਾ ਜਾਂਦਾ ਧਿਆਨ ਰੱਖਾਂਗੇ ਸਭ ਤੋਂ ਜ਼ਿਆਦਾ ਉਗਾਇਆ ਕਿੱਥੇ ਜਾਂਦਾ ਮੈਕਸਿਮਮ ਰਾਈਸ ਵੈਸਟ ਬੰਗਾਲ ਦੇ ਵਿੱਚ ਪਰ ਰਾਈਸ ਬੋਲ ਕਿਸ ਨੂੰ ਕਿਹਾ ਜਾਂਦਾ ਤਾਂ ਆਂਧਰਾ ਪ੍ਰਦੇਸ਼ ਨੂੰ ਕਿਹਾ ਜਾਂਦਾ ਠੀਕ ਹੈ ਆਂਧਰਾ ਪ੍ਰਦੇਸ਼ ਨੂੰ ਹੀ ਫਰੂਟ ਕੈਪੀਟਲ ਵੀ ਕਿਹਾ ਜਾਂਦਾ ਹੈ ਇੰਡੀਆ ਦੀ ਫਰੂਟਸ ਵੀ ਸਭ ਤੋਂ ਜ਼ਿਆਦਾ ਆਂਧਰਾ ਪ੍ਰਦੇਸ਼ ਦੇ ਵਿੱਚ ਇਸੀ ਤਰੀਕੇ ਨਾਲ ਲੱਗ ਰਿਹਾ ਆਪਾਂ ਗੱਲ ਕਰਦੇ ਹਾਂ ਦਾ ਵੀਅਤਨਾਮ ਵੀਅਤਨਾਮ ਨੇ ਇਸ ਨੂੰ ਸਾਈਨ ਕੀਤਾ ਹੈ ਐਗਰੀਮੈਂਟ ਵੀਅਤਨਾਮ ਕੈਪੀਟਲ ਹਾਨੋਈ ਹੈ ਕਰੰਸੀ ਡੋਂਗ ਚਲਦੀ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਆਪਾਂ ਡਿਸਕਸ਼ਨ ਕੀਤੀ ਸੀ ਸਕਾਟਲੈਂਡ ਦੇ ਰਿਲੇਟਡ ਸਕਾਟਲੈਂਡ ਨੇ ਰੀਸੈਂਟਲੀ ਕੀ ਕੀਤਾ ਸੀ ਕਿ ਜਿਹੜੇ ਪੈਡਸ ਵਗੈਰਾ ਨੇ ਉਹਨਾਂ ਨੂੰ ਫ੍ਰੀ ਆਫ ਕੋਸਟ ਕੀਤਾ ਸੀ ਫ੍ਰੀ ਆਫ ਕੋਸਟ ਵਰਲਡ ਦੀ ਪਹਿਲੀ ਕੰਟਰੀ ਬਣੀ ਸੀ ਠੀਕ ਹੈ ਇਸੇ ਦੇ ਰਿਲੇਟਡ ਇੱਕ ਨਿਊਜ਼ ਹੈ ਕਿ ਜਿਹੜੇ ਊਮਨ ਪੈਡਸ ਨੇ ਉਹਨਾਂ ਦੇ ਉੱਤੇ ਟੈਕਸ ਅਬੋਲਿਸ਼ ਕੀਤਾ ਗਿਆ ਖਤਮ ਕੀਤਾ ਗਿਆ ਯੂਕੇ ਦੁਆਰਾ ਯੂਕੇ ਹੈਜ਼ ਰੀਸੈਂਟਲੀ ਅਬੋਲਿਸ਼ ਟੈਂਪੋਨ ਟੈਕਸ ਜਿਹੜੇ वूमेन ਪੈਡਸ ਹੁੰਦੇ ਨੇ ਸੈਨੀਟਰੀ ਪੈਡਸ ਉਹਨਾਂ ਦੇ ਉੱਤੋਂ ਉਹਨਾਂ ਦੇ ਉੱਤੋਂ ਟੈਕਸ ਖਤਮ ਕਰਨ ਵਾਲੀ ਕਿਹੜੀ ਕੰਟਰੀ ਬਣੀ ਹੈ ਟੈਕਸ ਖਤਮ ਕਰਨ ਵਾਲੀ ਕੰਟਰੀ ਬਣੀ ਹੈ ਯੂਕੇ ਠੀਕ ਹੈ ਉਹਨਾਂ ਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਨ ਵਾਲੀ ਵਰਲਡ ਦੀ ਪਹਿਲੀ ਕਲੀ ਕੰਟਰੀ ਬਣੀ ਸੀ ਤਾਂ ਸਕਾਟਲੈਂਡ ਬਣੀ ਸੀ ਠੀਕ ਹੈ ਇਥੇ ਡਿਫਰੈਂਸ ਯਾ ਰੱਖਾਂਗੇ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਯੂਕੇ ਰਿਲੇਟਡ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈ ਡਿਸਕਸ ਕਰਦੇ ਆ ਤੇ ਯੂਕੇ ਦੇ ਪ੍ਰੈਮਿਸਟਰ ਬੌਰੀਸ ਜੌਨਸਨ ਆਪਾਂ ਡਿਸਕਸ ਕੀਤਾ ਸੀ ਕਿ ਇੰਡੀਆ ਦੇ ਵਿੱਚ 26 ਜਨਵਰੀ 26 ਜਨਵਰੀ ਰਿਪਬਲਿਕ ਡੇ ਆ ਰਿਹਾ ਹੈ ਇੰਡੀਆ ਦਾ ਤਾਂ ਰਿਪਬਲਿਕ ਡੇ ਦੇ ਉੱਤੇ ਇੰਡੀਆ ਦੇ ਉੱਤੇ ਵਿਜ਼ਿਟ ਹੋਣੀ ਸੀ ਬੌਰੀਸ ਜੌਨਸਨ ਦੀ ਜਿਸ ਤਰੀਕੇ ਨਾਲ ਆਪਾਂ ਡਿਸਕਸ ਕੀਤਾ ਸੀ ਕਿ 2020 ਦੇ ਵਿੱਚ ਜੈਲ ਬੋਲਸ ਸੈਨੋ ਆਈ ਸੀ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਇਸ ਤੋਂ ਇਲਾਵਾ 2019 ਦੇ ਵਿੱਚ ਸਾਊਥ ਅਫਰੀਕਾ ਦੇ ਹੈਡ ਆਏ ਸੀਗੇ ਸਾਇਰਲ ਰਾਮਾਫੋਸਾ ਸਾਇਰਲ ਰਾਮਾਫੋਸਾ ਠੀਕ ਹੈ ਹੁਣ 2021 ਦੇ ਵਿੱਚ ਬੌਲਿਸ ਜੌਨਸਨ ਨੇ ਆਣਾ ਸੀ ਪਰ ਕੋਵਿਡ-19 ਦੇ ਜਿਹੜੇ ਕੇਸਿਸ ਨੇ ਯੂਕੇ ਦੇ ਵਿੱਚ ਉਹ ਕਾਫੀ ਜ਼ਿਆਦਾ ਇਨਕਰੀਸ ਹੁੰਦੇ ਜਾ ਰਹੇ ਨੇ ਨਵੇਂ ਸਟ੍ਰੇਨ ਕਰਕੇ ਠੀਕ ਹੈ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ ਸਿਚੁਏਸ਼ਨ ਇਸ ਕਰਕੇ ਇਹ ਡਿਸੀਜਨ ਕੈਨਸਲ ਕੀਤਾ ਗਿਆ ਇਹਨਾਂ ਦੇ ਆਨ ਦਾ ਠੀਕ ਹੈ ਹੁਣ ਹੋ ਸਕਦਾ ਹੈ ਕਿਸੇ ਹੋਰ ਨੂੰ ਇਨਵੀਟੇਸ਼ਨ ਦਿੱਤਾ ਜਾਵੇ ਔਰ ਕਿਸੇ ਹੋਰ ਦੁਆਰਾ ਵਿਜ਼ਿਟ ਕੀਤੀ ਜਾਵੇ ਕਿਸੇ ਹੋਰ ਕੰਟਰੀ ਦੇ ਹੈੱਡ ਦੁਆਰਾ ਠੀਕ ਹੈ ਉਹ ਬੇਸਿਕਲੀ ਜਦੋਂ ਫਾਈਨਲ ਹੋ ਜਾਏਗਾ ਆਪਾਂ ਡਿਸਕਸ ਕਰ ਲਾਂਗੇ ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਸਟੇਟ ਇਜ਼ ਗੋਇੰਗ ਟੂ ਆਬਜ਼ਰਵ ਇਟਸ 71ਸਥ ਫਾਰਮੇਸ਼ਨ ਡੇ ਔਨ 24 ਜਨੂਅਰੀ 24 ਜਨੂਅਰੀ ਨੂੰ ਕਿਹੜੀ ਸਟੇਟ ਆਪਣਾ 71ਵਾਂ ਫਾਰਮੇਸ਼ਨ ਡੇ ਆਬਜ਼ਰਵ ਕਰਨ ਜਾ ਰਹੀ ਹੈ ਤਾਂ ਯੂਪੀ ਯੂਪੀ ਇਸ ਦਿਨ ਨੂੰ ਆਬਜ਼ਰਵ ਕਰਨ ਜਾ ਰਹੀ ਹੈ ਠੀਕ ਹੈ ਜੀ ਇਕੱਤੀ 71st ਯਾਨੀ ਕਿ 24 ਜਨਵਰੀ 1950 ਦੇ ਵਿੱਚ 1950 ਦੇ ਵਿੱਚ ਯੂਪੀ ਬਣਾਇਆ ਗਿਆ ਸੀ ਠੀਕ ਹੈ ਇਸ ਦੇ ਲਈ ਅਨਾਉਂਸਮੈਂਟ ਕੀਤੀ ਗਈ ਹੈ ਕਿ ਜਿਹੜਾ 71ਵਾਂ ਫਾਰਮੇਸ਼ਨ ਡੇ ਆ ਉਸ ਦੇ ਲਈ ਜਿਹੜਾ ਈਵੈਂਟ ਹੈ ਉਹ ਲਖਨਊ ਔਰ ਨੌਇਡਾ ਇਹ ਦੋ ਸਿਟੀਜ਼ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਠੀਕ ਹੈ ਡਿਸਕਸ ਕਰ ਲੈਣੇ ਆ ਇਸ ਤੋਂ ਇਲਾਵਾ ਬਾਕੀ ਸਟੇਟਸ ਰਿਲੇਟਡ ਨਿਊਜ਼ ਨੇ ਉਹ ਵੀ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਯੋਗੀ ਅਦਿੱਤਿਆਨਾ ਦੁਆਰਾ ਅਨਾਉਂਸਮੈਂਟ ਕੀਤੀ ਗਈ ਲਖਨਊ ਔਰ ਨੌਇਡਾ ਦੇ ਵਿੱਚ ਈਵੈਂਟ ਨੂੰ ਆਬਜ਼ਰਵ ਕੀਤਾ ਜਾਏਗਾ ਐਮਪੀ ਐਮਪੀ ਦੀ ਗੱਲ ਕਰਦੇ ਆਂ Madhya Pradesh ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਸੀਗਾ ਠੀਕ ਹੈ ਦੋ ਜਾਂ ਤਿੰਨ ਨਿਊਜ਼ ਐਮਪੀ ਦੇ ਦੁਬਾਰਾ ਹੀ ਲਾਂਚ ਕੀਤੀਆਂ ਗਈਆਂ ਨੇ ਡਿਸਕਸ ਕਰਦੇ ਆਂ ਸਭ ਤੋਂ ਪਹਿਲੇ ट्राईਫਾਇਡ ट्राईਫਾਇਡ ਦੁਆਰਾ ਐਮਓਯੂ ਸਾਈਨ ਕੀਤਾ ਗਿਆ ਐਮਪੀ ਦੇ ਐਮਪੀ ਦੇ ਅਖਿਲ ਭਾਰਤੀਏ ਵਣਵਸੀ ਕਲਿਆਣ ਆਸ਼ਰਮ ਦੇ ਨਾਲ ਅਖਿਲ ਭਾਰਤੀਏ ਵਣਵਸੀ ਕਲਿਆਣ ਆਸ਼ਰਮ ਦੇ ਨਾਲ ਕਿਉਂ ਕਿਉਂਕਿ ਟ੍ਰਾਈ ਫੂਡ ਪਾਰਕ ਸੈਟਅਪ ਕਿਤੇ ਜਾਣ ਐਮਪੀ ਦੇ ਵਿੱਚ ਐਮਪੀ ਦੇ ਵਿੱਚ ਟ੍ਰਾਈ ਫੂਡ ਪਾਰਕਸ ਸੈਟਅਪ ਕਿਤੇ ਜਾਣ ਬੇਸਿਕਲੀ ਇਸ ਦਾ ਇਨੀਸ਼ੀਏਟਿਵ ਕੀ ਹੋਏਗਾ ਕਿ ਜਿਹੜੇ ਟ੍ਰਾਈ ਫੂਡ ਪਾਰਕਸ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਅਗਰ ਕੋਈ ਜੰਗਲ ਅਗਰ ਆਪਾਂ ਗੱਲ ਕਰਦੇ ਹਾਂ ਐਮਪੀ ਦੇ ਵਿੱਚ ਫੋਰੈਸਟ ਏਰੀਆ ਕਾਫੀ ਜ਼ਿਆਦਾ ਹੈ ਤਾਂ ਫੋਰੈਸਟ ਏਰੀਆ ਦੇ ਵਿੱਚ ਜਿਹੜੀ ਚੀਜ਼ਾਂ ਕੁਝ ਸਪੈਸ਼ਲ ਅਗਰ ਮਿਨਰਲਸ ਨੇ ਹਰब्स ਨੇ ਜਾਂ ਕੁਝ ਐਸੀ ਖਾਣ ਵਾਲੀ ਚੀਜ਼ਾਂ ਨੇ ਜਿਨ੍ਹਾਂ ਨੂੰ ਸਿਰਫ ਇੱਕ ਪਾਰਟਿਕੂਲਰ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪਾਇਆ ਜਾਂਦਾ ਹੈ ਔਰ ਕਾਫੀ ਅੱਛੀ ਕੁਆਲਿਟੀ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਕੀ ਕੀਤਾ ਜਾ ਸਕੇ ਉਸ ਨੂੰ ਅਲੱਗ ਕੀਤਾ ਜਾ ਸਕੇ ਉਸ ਸੈਕਟਰ ਨੂੰ ਇਕਨੋਮੀ ਬੂਸਟ ਕੀਤੀ ਜਾ ਸਕੇ ਉਸ ਨੂੰ ਉੱਥੋਂ ਵੇਚਿਆ ਜਾ ਸਕੇ ਇੰਡੀਆ ਲੈਵਲ ਦੇ ਉੱਤੇ ਉਸ ਨੂੰ ਇੰਪੋਰਟ ਔਰ ਐਕਸਪੋਰਟ ਕੀਤਾ ਜਾ ਸਕੇ ਇਹ ਟ੍ਰਾਈਫਾਇਡ ਦਾ ਇੱਕ ਇਨੀਸ਼ੀਏਟਿਵ ਹੈ ਟ੍ਰਾਈਫਾਇਡ ਇਸੀ ਚੀਜ਼ ਦੇ ਲਈ ਬਣਾਇਆ ਗਿਆ ਸੀ ਟ੍ਰਾਈਬਲ ਕਹਾਂਗੇ ਕਿ ਟ੍ਰਾਈਬਲ ਇਲਾਕੇ ਨੇ ਜਿਹੜੇ ਉਹਨਾਂ ਦੇ ਲਈ ਇਸ ਨੂੰ ਬਣਾਇਆ ਗਿਆ ਸੀ ਐਮਪੀ ਦੇ ਵਿੱਚ ਟ੍ਰਾਈ ਫੂਡ ਪਾਰਕਸ ਬਣਾਉਣ ਦੇ ਲਈ ਐਮਓਯੂ ਸਾਈਨ ਕੀਤਾ ਗਿਆ ਇਸ ਤੋਂ ਇਲਾਵਾ ਐਮਪੀ ਗਵਰਨਮੈਂਟ ਦੁਆਰਾ ਇੱਕ ਹੋਰ ਅੱਛੀ ਇਨੀਸ਼ੀਏਟਿਵ ਲਾਂਚ ਪੈਡ ਸਕੀਮ ਲੌਂਚ ਪੈਡ ਸਕੀਮ ਲੌਂਚ ਕੀਤੀ ਗਈ ਹੈ ਉਹਨਾਂ ਸਟੂਡੈਂਟਸ ਦੇ ਲਈ ਉਹਨਾਂ ਬੱਚਿਆਂ ਦੇ ਲਈ ਜੋ ਚਾਈਲਡ ਕੇਅਰ ਇੰਸਟੀਟਿਊਸ਼ਨਸ ਯਾਨੀ ਕਿ ਔਰਫਨਸ ਨੇ ਜਿਹੜੇ ਕਿ ਅਨਾਥ ਨੇ ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਉਹਨਾਂ ਨੂੰ ਕੀ ਕੀਤਾ ਜਾਏਗਾ ਕਿ ਸੈਲਫ ਡਿਪੈਂਡੈਂਟ ਵੀ ਬਣਾਇਆ ਜਾਏਗਾ ਆਫਟਰ 18 ইয়ারਸ ਆਫ এজ ਜਦੋਂ 18 ਸਾਲ ਦੀ ਇਸ ਤੋਂ ਬਾਅਦ ਉਹਨਾਂ ਨੂੰ ਕੀ ਕੀਤਾ ਜਾਏਗਾ ਸਪੇਸ ਪ੍ਰੋਵਾਈਡ ਕੀਤੀ ਜਾਏਗੀ ਕੀ ਕਰਨ ਦੇ ਲਈ ਸ਼ਾਪਸ ਖੋਲਣ ਦੇ ਲਈ ਫੋਰ ਐਗਜ਼ਾਮਪਲ ਸਟੇਸ਼ਨਰੀ ਹੋ ਗਿਆ ਫੋਟੋਕਾਪੀਂਗ ਹੋ ਗਿਆ ਕੰਪਿਊਟਰ ਟਾਈਪਿੰਗ ਹੋ ਗਿਆ ਇਸ ਜਾਂ ਕਾਫੀ ਸ਼ਾਪਸ ਹੋ ਗਏ तो इस तरीके की कहे शॉप्स खोलन के लिए स्पेस प्रोवाइड की जाएगी गोरमेंट द्वारा एम पी का इनिशिएटिव एम पी जी इंपोर्टेंट न्यूज़ है वो भी डिस्कस कर लेंगे पहले तमिलनाडु डिस्कस कर दें कि तमिलनाडु के चीफ मिनिस्टर ई के पलाना स्वामी द्वारा पब्लिक होलीडे डिकलेयर की गई थाईपूसम फैसटिवल ठीक है तो अपने लिए क्वेश्चन सिपल बनेगा था पूसम फैसटिवल ਥਾਈ ਪੂਸਮ ਫੈਸਟੀਵਲ ਹੈ ਕਿਹੜੀ ਸਟੇਟ ਦੇ ਵਿੱਚ ਆਰਗੇਨਾਈਜ਼ ਕੀਤਾ ਜਾਂਦਾ ਹੈ ਤਾਂ ਇਸ ਨੂੰ ਤਾਮਿਲਨਾਡੂ ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ ਹੈ ਰੈਕਟਲੀ ਸਿੰਗਲ ਕੁਐਸਚਨ ਨੈਕਸਟ ਹੈ ਹੂਬਲੀ ਰੇਲਵੇ ਸਟੇਸ਼ਨ ਹੂਬਲੀ ਰੇਲਵੇ ਸਟੇਸ਼ਨ ਕਿਹੜੀ ਸਟੇਟ ਦੇ ਵਿੱਚ ਹੈ ਹੂਬਲੀ ਰੇਲਵੇ ਸਟੇਸ਼ਨ ਕਿੱਥੇ ਹੈ ਕਰਨਾਟਕਾ ਦੇ ਵਿੱਚ ਹੈ ਆਪਾਂ ਪਹਿਲੇ ਵੀ ਡਿਸਕਸ ਕੀਤਾ ਹੋਇਆ ਹੈ ਕਿ ਹੂਬਲੀ ਰੇਲਵੇ ਸਟੇਸ਼ਨ ਕਿੱਥੇ ਹੈ ਕਰਨਾਟਕਾ ਦੇ ਵਿੱਚ ਜਿਹੜਾ ਹੂਬਲੀ ਰੇਲਵੇ ਸਟੇਸ਼ਨ ਹੈ ਕਰਨਾਟਕਾ ਦਾ ਰੀਸੈਂਟਲੀ ਵੀ ਨਿਊਜ਼ ਦੇ ਵਿੱਚ ਰਿਹਾ ਸੀ ਸਿੱਧਾ ਰੋਧਾ ਸਵਾਮੀ ਰੇਲਵੇ ਸਟੇਸ਼ਨ ਜਿਹਦਾ ਨਾਮ ਚੇਂਜ ਕੀਤਾ ਗਿਆ ਸੀ ਸਿੱਧਾ ਰੋਧਾ ਸਵਾਮੀ ਜੀ ਰੇਲਵੇ ਸਟੇਸ਼ਨ ਠੀਕ ਹੈ ਜੀ ਹੁਣੇ ਨਿਊਜ਼ ਦੇ ਵਿੱਚ ਹੈ ਕਿਉਂਕਿ ਇਹਦਾ ਵਰਲਡ ਦਾ ਲਾਰਜੇਸਟ ਰੇਲਵੇ ਪਲੇਟਫਾਰਮ ਬਣਨ ਜਾ ਰਿਹਾ ਹੈ 1505 ਮੀਟਰ ਦੀ ਲੈਂਥ ਔਰ 10 ਮੀਟਰ ਵਰਥ ਠੀਕ ਹੈ ਡਾਇਰੈਕਟਲੀ ਕੁਐਸਚਨ ਪੁੱਛਿਆ ਜਾਂਦਾ ਕਿ ਵਰਲਡ ਦਾ ਲਾਰਜੇਸਟ ਰੇਲਵੇ ਪਲੇਟਫਾਰਮ ਕਿਹੜਾ ਰੇਲਵੇ ਸਟੇਸ਼ਨ ਹੈ ਤਾਂ ਹੂਬਲੀ ਰੇਲਵੇ ਸਟੇਸ਼ਨ ਕਿੱਥੇ ਹੈ ਤਾਂ ਕਰਨਾਟਕਾ ਦੇ ਵਿੱਚ ਦੂਸਰਾ ਨਾਮ ਕੀ ਹੈ ਤਾਂ ਸਿੱਧਾ ਰੋਧਾ ਸਵਾਮੀ ਜੀ ਰੇਲਵੇ ਸਟੇਸ਼ਨ एमपी एमपी चीफ मिनिस्टर शिवराज सिंह चौहान ਇਹਨਾਂ ਦੁਆਰਾ ਇੱਕ ਫਲੋਟਿੰਗ ਸੋਲਰ ਪਲਾਂਟ ਫਲੋਟਿੰਗ ਸੋਲਰ ਪਾਵਰ ਪਲਾਂਟ ਓਮਕਾਰੇਸ਼ਵਰ ਓਮਕਾਰੇਸ਼ਵਰ ਦੇ ਵਿੱਚ ਲਗਾਇਆ ਜਾ ਰਿਹਾ ਹੈ ਅਨਾਉਂਸ ਕੀਤਾ ਗਿਆ ਹੈ ਜਿਸ ਦੀ ਪਾਵਰ ਜਨਰੇਸ਼ਨ ਕੈਪੈਸਿਟੀ ਸ਼ੁਰੂ ਹੋ ਜੇਗੀ 2022-23 ਦੇ ਵਿੱਚ ਨੈਕਸਟ ਹੈ ਤਾਮਿਲਨਾਡੂ ਤਾਮਿਲਨਾਡੂ ਦੇ ਲੇਟਰ ਨਿਊਜ਼ ਸੀ ਕਿ ਸਾਊਥ ਏਸ਼ੀਆ ਜਰਨਲ ਸਾਊਥ ਏਸ਼ੀਆ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਚੇਨਈ ਤਮਿਲਨਾਡੂ ਦੀ ਜਿਹੜੀ ਸਿਟੀ ਹੈ ਚੇਨਈ ਇਹ ਮੈਕਸਿਮਮ ਸੀਸੀਟੀਵੀ ਕਵਰੇਜ ਮੈਕਸਿਮਮ ਸੀਸੀਟੀਵੀ ਕਵਰੇਜ ਕਰਦੀ ਹੈ ਪਰ ਸਕੁਅਰ ਕਿਲੋਮੀਟਰ ਜਾਂ ਪਰ ਪੋਪੂਲੇਸ਼ਨ ਦੇ ਨਾਲ ਅਗਰ ਆਪਾਂ ਗੱਲ ਕਰਦੇ ਹਾਂ ਅਮੰਗ 130 ਸਿਟੀਆਂ ਆਫ ਵਰਲਡਵਾਈਡ ਪੂਰੇ ਵਰਲਡ ਦੇ ਵਿੱਚੋਂ 130 ਸਿਟੀਆਂ ਦੇ ਡਾਟਾ ਦੇ ਵਿੱਚੋਂ ਚੇਨਈ ਸਿਟੀ ਦੁਆਰਾ ਟੌਪ ਕੀਤਾ ਗਿਆ। ਇਸੇ ਦੇ ਨਾਲ ਵੈਸਟ ਬੰਗਾਲ ਵੈਸਟ ਬੰਗਾਲ ਗਵਰਨਮੈਂਟ ਦੁਆਰਾ ਅਨਾਉਂਸ ਕੀਤਾ ਗਿਆ ਦੇਸ਼ ਨਾਇਕ ਦਿਵਸ ਕਿ ਦੇਸ਼ ਨਾਇਕ ਦਿਵਸ ਆਬਜ਼ਰਵ ਕੀਤਾ ਜਾਏਗਾ 23 ਜਨਵਰੀ ਨੂੰ 23 ਜਨਵਰੀ ਨੂੰ ਟੂ ਮਾਰਕ ਦਾ ਬਰਥ ਐਨੀਵਰਸਰੀ ਆਫ ਨੇਤਾਜੀ ਸੁਭਾਸ ਚੰਦਰ ਬੋਸ ਨੇਤਾਜੀ ਸੁਭਾਸ ਚੰਦਰ ਬੋਸ ਦੀ ਬਰਥ ਐਨੀਵਰਸਰੀ ਨੂੰ ਆਬਜ਼ਰਵ ਕਰਨ ਦੇ ਲਈ ਦੇਸ਼ ਨਾਇਕ ਦਿਵਸ ਆਬਜ਼ਰਵ ਕੀਤਾ ਜਾਏਗਾ ਵੈਸਟ ਬੰਗਾਲ ਦੁਆਰਾ ਇਸੇ ਦੇ ਨਾਲ ਅਨਾਉਂਸਮੈਂਟ ਕੀਤੀ ਗਈ ਕਿ ਜਿਹੜਾ 26 ਜਨਵਰੀ ਰਿਪਬਲਿਕ ਡੇ ਵਾਲੇ ਦਿਨ ਜਿਹੜੀ ਪਰੇਡ ਹੈ ਉਸ ਦੇ ਵਿੱਚ ਵੀ ਟੈਬਲਿਓ ਯੂਜ਼ ਕੀਤਾ ਜਾਏਗਾ ਨੇਤਾਜੀ ਦੀ ਲਾਈਫ ਦੇ ਉੱਤੇ ठीक है जिस तरीके ना यूपी द्वारा अयोध्या के उत्तर अनाउंस कर दता गया है ठीक है उत्तराखंड द्वारा भी बेसिकली अनाउंस किया गया अपने लिए हजे इंपॉर्टेंट नहीं बनने गए अपने लिए उस यूपी का ज़्यादा इंपोर्टेंट बनेगा क्योंकि अयोध्या काफ़ी ज़्यादा न्यूज़ के और दूसरा इंपोर्टेंट उस टाइम बनने गए जिस टाइम इन्हों अवार्ड दिते जाएंगे ट्वेंटी सिक्स जनवरी तो बाद जो इन्हों फाइनल अवार्ड दिते जाएंगे फस्ट सैकेंड अवार्ड उदो इंपोर्टेंट बनने के डिस्कशन डन करा नैक्सट है उड़ीसा ਓਡੀਸ਼ਾ ਦੇ ਚੀਫ ਮਿਨਿਸਟਰ ਕਲ ਵੀ ਨਿਊਜ਼ ਦੇ ਵਿੱਚ ਸੀਗੇ ਅੱਜ ਇਹਨਾਂ ਨੇ ਕੀ ਕੀਤਾ ਇੱਕ ਫਾਇਰ ਪਾਰਕ ਫਾਇਰ ਪਾਰਕ ਇਨੋਗਰੇਟ ਕੀਤਾ ਭੁਵਨੇਸ਼ਵਰ ਦੇ ਵਿੱਚ ਇਸ ਦੇ ਰਿਲੇਟਡ ਜਿਸ ਦੇ ਵਿੱਚ ਫਾਇਰ ਦੇ ਅਗਰ ਕੋਈ ਫਾਇਰ ਲੱਗਦੀ ਹੈ ਦੁਰਘਟਨਾ ਵਾਪਰਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਟੈਕਲ ਕੀਤਾ ਜਾਵੇ ਉਸ ਦੇ ਰਿਲੇਟਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਇੱਕ ਪੋਰਟਲ ਲਾਂਚ ਕੀਤਾ ਗਿਆ ਅਗਨੀ ਸ਼ਮਾ ਸੇਵਾ ਅਗਨੀ ਸ਼ਮਾ ਸੇਵਾ ਆਫ ਓਡੀਸ਼ਾ ਫਾਇਰ ਸਰਵਿਸ ਨੈਕਸਟ ਦੀਪੋਰ ਬੀਲ ਦੀਪੋਰ ਬੀਲ ਫਰੈਸ਼ ਵਾਟਰ ਲੇਕ ਇਹ ਕੁਐਸਚਨ ਕਾਫੀ ਇੰਪੋਰਟੈਂਟ ਬਨੇਗਾ ਦੀਪੋਰ ਬੀਲ ਫਰੈਸ਼ ਵਾਟਰ ਲੇਕ ਹੈ ਡਾਇਰੈਕਟਲੀ ਪੁੱਛਿਆ ਜਾਏਗਾ ਕਿਹੜੀ ਸਟੇਟ ਦੇ ਵਿੱਚ ਹੈ ਠੀਕ ਹੈ ਇਸ ਤਰੀਕੇ ਦੇ ਕੁਐਸਚਨਸ ਜੀਓਗ੍ਰਾਫੀ ਦੇ ਪ੍ਰਸਪੈਕਟਿਵ ਦੇ ਵਿੱਚ ਪੁੱਛੇ ਜਾਂਦੇ ਨੇ ਕਾਫੀ ਜ਼ਿਆਦਾ ਪੁੱਛੇ ਜਾਂਦੇ ਨੇ ਤਾਂ ਆਪਾਂ ਨੂੰ ਡਾਇਰੈਕਟ ਪਤਾ ਹੋਣਾ ਚਾਹੀਦਾ ਹੈ ਇਹ ਕਿੱਥੇ ਹੈ ਇਹ ਹੈ ਅਸਮ ਦੇ ਵਿੱਚ ਕਿੱਥੇ ਹੈ ਅਸਮ ਦੇ ਵਿੱਚ ਹੈ ਠੀਕ ਹੈ ਜੀ ਤਾਂ ਅਸਮ ਦੇ ਵਿੱਚ ਇਹ ਕਿਉਂ ਨਿਊਜ਼ ਦੇ ਵਿੱਚ ਡਿਸਕਸ ਕਰਦੇ ਆ ਇਸ ਤੋਂ ਇਲਾਵਾ ਦੋ ਹੋਰ ਇੰਪੋਰਟੈਂਟ ਨਿਊਜ਼ ਨੇ ਅਸਮ ਦੇ ਗਵਰਨਮੈਂਟ ਦੁਆਰਾ ਬੈਨ ਲਗਾਇਆ ਗਿਆ ਫਿਸ਼ਿੰਗ ਦੇ ਫਿਸ਼ਿੰਗ ਦੇ ਲਈ ਦੀਪੋਰ ਬੀਲ ਦੀਪੋਰ ਬੀਲ ਇੱਕ ਫਰੈਸ਼ ਵਾਟਰ ਲੇਕ ਹੈ ਇਸ ਤੋਂ ਇਲਾਵਾ ਇਹ ਰਾਮਸਰ ਸਾਈਟ ਵੀ ਹੈ ਰਾਮਸਰ ਸਾਈਟ ਇਹ 2002 ਦੇ ਵਿੱਚ ਬਣਾਈ ਗਈ ਸੀ ਮੈਂ ਕਿਹਾ ਆਪਾਂ ਗੱਲ ਕਰਦੇ ਆ ਕਰੰਟ ਇੰਡੀਆ ਦੇ ਵਿੱਚ ਰਾਮਸਰ ਸਾਈਟਸ ਕਿੰਨੀਆਂ ਨੇ ਤਾਂ 42 ਰਾਮਸਰ ਸਾਈਟਸ ਨੇ ਇੰਡੀਆ ਦੇ ਵਿੱਚ ਯੂਨੈਸਕੋ ਦੀਆਂ ਵਰਲਡ ਹੈਰੀਟੇਜ ਸਾਈਟਸ ਕਿੰਨੀਆਂ ਨੇ ਤੱਕ 38 ਰਾਮਸਰ 38 유네스코 월드 헤리티 사이츠 ਨੇ ਦੋਨੋ ਯਾ ਰੱਖਾਂਗੇ ਤਾਂ ਰਾਮਸਰ ਸਾਈਟ 42 ਨੇ ਇਸ ਦੇ ਵਿੱਚ ਦੀਪਰ ਬੀਲਿਕ ਸਾਈਟ ਹੈ ਜਿਸ ਦੇ ਉੱਤੇ ਫਿਸ਼ਿੰਗ ਦੇ ਲਈ ਬੈਨ ਲਗਾਇਆ ਗਿਆ ਇਸ ਤੋਂ ਇਲਾਵਾ ਅਸਮ ਨੇ ਇੱਕ ਹੋਰ ਕਮਾਲ ਦੀ ਚੀਜ਼ ਕੀਤੀ ਹੈ ਵਰਲਡ ਦੀ ਪਹਿਲੀ ਹਸਪੀਟਲ ਟ੍ਰੇਨ ਵਰਲਡ ਦੀ ਪਹਿਲੀ ਹਸਪੀਟਲ ਟ੍ਰੇਨ ਜਿਸ ਨੂੰ ਲਾਈਫਲਾਈਨ ਐਕਸਪ੍ਰੈਸ ਦੇ ਨਾਮ ਤੋਂ ਜਾਣਿਆ ਜਾ ਰਿਹਾ ਹੈ ਕਿੱਥੇ ਸ਼ੁਰੂ ਕੀਤੀ ਗਈ ਹੈ ਬਦਲਪੁਰ ਅਸਮ ਦੇ ਵਿੱਚ ਬਦਲਪੁਰ ਅਸਮ ਦੇ ਵਿੱਚ ਇਸ ਨੂੰ ਖੜਾਇਆ ਗਿਆ ਨੈਕਸਟ ਤੇਲੰਗਾਨਾ तेलंगाना ਦਾ ਭੂਵਨાગਰੀ ਡਿਸਟ੍ਰਿਕਟ ਤੇਲੰਗਾਨਾ ਦੇ ਵਿੱਚ ਭੂਵਨાગਰੀ ਡਿਸਟ੍ਰਿਕਟ ਦੇ ਸਟੂਡੈਂਟਸ ਦੁਆਰਾ ਕੀ ਕੀਤਾ ਗਿਆ ਡਵੈਲਪ ਕੀਤਾ ਗਿਆ ਜ਼ੀਰੋ ਵੇਸਟ ਸੈਨੀਟਰੀ ਪੈਡਸ ਜ਼ੀਰੋ ਵੇਸਟ ਸੈਨੀਟਰੀ ਪੈਡਸ ਸਤਰੀ ਰਕਸ਼ਾ ਪੈਡਸ ਠੀਕ ਹੈ ਉਹਨੇ ਆਪਾਂ ਸੈਨੀਟਰੀ ਪੈਡਸ ਦੇ ਰਿਲੇਟਡ ਡਿਸਕਸ ਕੀਤਾ ਕਿ ਟੈਕਸ ਕਿਹੜੀ ਸਟੇਟ ਕਿਹੜੀ ਸਰਕਾਰ ਨੇ ਖਤਮ ਕੀਤਾ ਤਾਂ ਯੂਕੇ ਦੀ ਸਰਕਾਰ ਨੇ ਫਰੀ ਆਫ ਕੋਸਟ ਸਕਾਟਲੈਂਡ ਦੁਆਰਾ ਪ੍ਰੋਵਾਈਡ ਕੀਤੇ ਗਏ ਇਸੇ ਤਰੀਕੇ ਨਾਲ ਤੇਲੰਗਾਨਾ ਇੰਡੀਆ ਦੇ ਵਿੱਚ ਤੇਲੰਗਾਨਾ ਨੇ ਸਤਰੀ ਰਕਸ਼ਾ ਪੈਡਸ ਬਣਾਏ ਜੋ ਕਿ ਜ਼ੀਰੋ ਵੇਸਟ ਸੈਨੀਟਰੀ ਪੈਡਸ ਨੇ ਯਾਨੀ ਕਿ ਹਰਬਲ ਬੇਸਿਕਲੀ ਡਵੈਲਪ ਕੀਤੇ ਗਏ ਨੇ ਨੈਕਸਟ ਮਨੀਪੁਰ ਮਨੀਪੁਰ ਗਵਰਨਮੈਂਟ ਦੁਆਰਾ ਐਮ ਪੈਨਸ਼ਨ ਐਪਲੀਕੇਸ਼ਨ ਲਾਂਚ ਕੀਤੀ ਗਈ ਕੁਐਸਚਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕਿ ਐਮ ਪੈਨਸ਼ਨ ਐਪਲੀਕੇਸ਼ਨ ਕਿਹੜੀ ਸਟੇਟ ਗਵਰਨਮੈਂਟ ਦੀ ਹੈ ਤਾਂ ਮਨੀਪੁਰ ਗਵਰਨਮੈਂਟ ਦੀ ਹੈ ਇਮਫਾਲ ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਮਨੀਪੁਰ ਦੀ ਕੈਪੀਟਲ ਇਮਫਾਲ ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਸੋ ਨੂੰ ਸੈਸ਼ਨ ਪਸੰਦ ਆਇਆ ਹੋਏਗਾ ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ ਗੁੱਡਬਾਈ